ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਵੋਗੇ ਤੇ ਤੁਹਾਡੇ ਵਾਸਤੇ ਅੱਜ ਲੈ ਕੇ ਆਇਆ ਲੈਕਚਰ ਜੀਕੇ ਦਾ ਪਹਿਲਾਂ ਮੈਥ ਦਾ ਲੈਕਚਰ ਆਉਣ ਲੱਗਾ ਸੀ ਮੈਥ ਦਾ ਲੈਕਚਰ ਚਲੋ ਆਪਾਂ ਲਾ ਲਾਂਗੇ ਸ਼ਾਮ ਤੱਕ ਦੇਖ ਦੇਣੀ ਤਾਂ ਕੱਲ ਤੋਂ ਲੱਗੂਗਾ ਲੱਗੂਗਾ ਤੇ ਉਹ ਮੈਨੂੰ ਇਹ ਸੀ ਤੁਹਾਡਾ 200 एमसीक्यू ਪੂਰਾ ਕਰਕੇ ਤੁਹਾਨੂੰ ਦਵਾ ਦਵਾ ਪੀਡੀਐਫ ਦੇ ਦਈਏ ਫਿਰ ਤੁਸੀਂ ਪੀਡੀਐਫ ਦਾ ਪ੍ਰਿੰਟ ਆਊਟ ਕਢਵਾ ਲਿਓ ਠੀਕ ਹੈ ਜੀ ਤੇ 100 ਦਾ ਮੈਂ ਪਹਿਲਾਂ ਪੀਡੀਐਫ ਦੇ ਚੁੱਕਿਆ ਤੁਹਾਨੂੰ ਠੀਕ ਹੈ 100 एमसीक्यू ਦਾ ਪਹਿਲਾਂ ਪੀਡੀਐਫ ਦੇ ਚੁੱਕਿਆ ਉਪਰੇ ਟੈਲੀਗ੍ਰਾਮ ਗਰੁੱਪ ਤੇ ਪੀਗਾ ਉੱਥੋਂ ਜੇ ਕੋਈ ਕੈਂਡੀਡੇਟ ਨਾਮਾਂਗਾ ਡਾਊਨਲੋਡ ਕਰ ਸਕਦਾਗਾ ਟੈਲੀਗ੍ਰਾਮ ਦਾ ਜਿਹੜਾ ਗਰੁੱਪ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਇੱਕ ਜਿਹੜੇ ਕੈਂਡੀਡੇਟ ਨਵੇਂ ਆ ਭਾਈ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ puller3518 ਆਪਣੀ ਇੰਸਟਾਗ੍ਰਾਮ ਆਈਡੀ ਹੈ ਠੀਕ ਹੈ puller3518 ਚੱਲਾ ਲਿਆ ਕਰੋਂ ਵੀਊ ਤਾਂ ਤੁਸੀਂ ਦੇ ਦਿੰਨੇ ਹੋਗੇ ਇੰਸਟਾ ਤੇ ਆਪਣੇ ਫੋਲੋਅਰ ਘਟਾ ਕੇ ਗਲਤ ਕਰ ਲਾ ਭਾਈ ਤੁਹਾਡੀ ਇਹ ਚਲੋ ਮਰਜ਼ੀ ਹੈ ਤੇ ਦੇਖੋ ਜੀ ਕੱਲ ਆਪਾਂ ਆਪਰੇਸ਼ਨ ਕਰਕੇ ਗਏ ਸੀ ਸਰਵਰ 1 ਤੇ ਇਸ ਲਈ ਸਥਾਪਨਾ 15 11 ਸਾਲ ਸਮਸਰ ਕਰਵਾਤਾ ਸੀ ਇਸ ਦਾ ਇਹ ਜਿਹੜੇ ਸਾਬਕਾ ਚੇਅਰਮੈਨ ਹੈ ਇਹ ਆਪਣੇ ਕੇਸਵਾਨ ਮੈਂ ਦੱਸਣਾ ਭੁੱਲ ਗਿਆ ਜਿਹੜੇ ਕੇਸਵਾਨ ਆਪਣੇ ਇਹ ਸਾਬਕਾ ਚੇਅਰਮੈਨ ਹੋ ਗਏ ਹੁਣ ਨਹੀਂ ਹੈਗੇ ਇਹ ਚੇਅਰਮੈਨ ਹੁਣ ਇਹਨਾਂ ਦੀ ਜਗ੍ਹਾ ਤੇ ਨਵੇਂ ਲਾਤਾ ਨਵਾਂ ਕੌਣਾਗਾ ਐਸ ਸੋਮਨਾਥ ਇਹ ਮੌਜੂਦਾ ਇਸਰੂ ਦੇ ਚੇਅਰਮੈਨ ਐਸ ਸੋਮਨਾਥ ਪਹਿਲਾਂ ਨਹੀਂ ਥਾ ਤੇ ਕੇਸਵਾਨ ਦੇ ਕੇਸਵਾਨ ਨੂੰ ਰਿਪਲੇਸ ਕਰਕੇ ਇਹ ਆ ਗਿਆ ਹੁਣ ਐਸ ਸੋਮਨਾਥ ਇਹ ਨਵੀਂ ਜਗ੍ਹਾ ਤੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ ਇੱਕ ਬ੍ਰਿਸ਼ਨ ਆਪਣਾ ਇਹ ਤੇ ਟਾਈਪਿੰਗ ਮਿਸਟੇਕ ਹੋ ਗਈ ਸੀ ਆਪਣੇ ਹਾਂ ਇਹਨਾਂ ਦੇ ਅਥ ਡੀ ਨੰਬਰ ਆਪਸ਼ਨ ਸੀ ਵੀ ਮੈਂ ਸਹੀ ਕਰਤਾ ਠੀਕ ਹੈ ਜੀ ਇਹ ਐਂਡ ਤੇ ਮੇਰਾ ਦੇਣ ਦਾ ਤਾਂ ਹੀ ਮਤਲਬ ਹੁੰਦਾਗਾ ਕਿ ਜਿਹੜਾ ਆਪਾਂ ਐਂਡ ਤੇ ਪੀਡੀਐਫ ਦੇਣੀ ਹੈ ਉਹਦੇ ਵਿੱਚ ਜੇ ਕੋਈ ਗਲਤੀਆਂ ਹੁੰਦੀਆਂ ਉਹ ਆਪਾਂ ਠੀਕ ਕਰ ਦਨੇ ਆ ਫਿਰ ਤਾਂ ਕਰਕੇ ਪੀਡੀਐਫ ਇਕੱਠਾ ਵੀ ਤੁਹਾਨੂੰ ਕਢਵਾਉਣਾ ਸੌਖਾ ਤੇ ਤੁਹਾਡਾ ਵੀ ਕੰਮ ਘਟ ਜਾਂਦਾਗਾ ਠ ਆਪਣੇ ਪ੍ਰੋਸੈਸ ਚੱਲ ਰਿਹਾ ਹੈਗਾ ਤੇ ਪੀਡੀਐਫ ਤੁਹਾਨੂੰ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾ ਰਹੇ ਹਾਂ ਟੈਲੀਗ੍ਰਾਮ ਤੇ ਠੀਕ ਹੈ ਤੇ ਇੰਸਟਾਗ੍ਰam ਤੇ ਵੀ ਪਾਈ ਮੈਨੂੰ ਫੋਲੋ ਕਰ ਲਓ ਦੁਬਾਰੇ ਫੇਰ ਦੱਸਦਾ ਪੁੱਲਰ 3518 ਆਪਣੀ ਆਈਡੀ ਹੈ ਤੇ ਵੀਡੀਓ ਦੇ ਥੱਲੇ ਵੀ ਲਿੰਕ ਦੇ ਦਿੰਦਾ ਤੇ ਦੇਖੋ ਬੱਚਿਓ ਘਬਰਾਉਣ ਦੀ ਕੋਈ ਲੋੜ ਨਹੀਂ ਪੇਪਰ ਆਪਣਾ ਹੋਊਗਾ ਐਫਸੀ ਦਾ ਠੀਕ ਹੈ ਜਰੂਰ ਆਪਣਾ ਫਾਰਮ ਭਰਾਇਆ ਤਾਂ ਪੇਪਰ ਹੋਣ ਦਾ ਫੁੱਲ 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 ਚਾਂਸ ਹੈ ਠੀਕ ਹੈ ਪੇਪਰ ਹੋਣਾਗਾ ਤੇ ਜ਼ਰੂਰ ਹੋਣਾਗਾ ਇੱਕ ਗੱਲ ਤਾਂ ਇਹ ਹੈ ਦੂਸਰੀ ਗੱਲ ਜਿਹੜੀ ਮੇਨ ਹੈ ਅ ਬੱਚੇ ਹੁਣ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋਗੇ ਥਿਓ ਹੋਗੇ ਠੀਕ ਹੈ ਹਜੇ ਪੰਜਾਬ ਦੇ ਵਿੱਚ ਪੁਲਿਸ ਦੀਆਂ ਘਟੋ ਘੱਟ ਲੱਖ ਸਵਾ ਲੱਖ ਵਗੂੰ ਵੈਕੈਂਸੀ ਖਾਲੀ ਪਈ ਹੈ ਠੀਕ ਹੈ ਬਹੁਤ ਸਾਰੀਆਂ ਵੈਕੈਂਸੀਆਂ ਖਾਲੀ ਪਈਆਂ ਜੇ ਆਪਾਂ ਲਾ ਕੇ ਦੇਖੀਏ ਠੀਕ ਹੈ ਤੇ ਜੇ ਇਹ ਇਹਨਾਂ ਦੇ ਵਿੱਚੋਂ 60-65 ਹਜ਼ਾਰ ਵੈਕੈਂਸੀ ਭਰਦਿਆਂ ਨਾ ਉਹ ਵੀ ਬਹੁਤ ਵੱਡੀ ਗੱਲ ਹੈ 60-65 ਹਜ਼ਾਰ ਵੈਕੈਂਸੀ ਵੀ ਪਰ ਇਹਨੇ ਭਰਤੀ ਕਿੰਨੀ ਕਰਨੀ ਹੁੰਦੀ ਹੈ 4000 5000 ਬਸ ਇੰਨੀ ਭਰਤੀ ਐਂਡ ਕਰਨੀ ਹੁੰਦੀ ਹੈ ਤੇ ਘਰਾਂ ਦੀ ਕੋਈ ਲੋੜ ਨਹੀਂ ਤੁਹਾਨੂੰ ਠੀਕ ਹੈ ਤੇ ਦੇਖ ਰਹੇ ਆ ਆਪਣੀ ਕਿਹੜੀ ਕੋਈ ਨਵੀਂ ਸਰਕਾਰ ਆਉਂਦੀ ਹੈ ਜੇ ਤਾਂ ਫਿਰ ਆਪਾਂ ਜੋਰ-ਜਾਫਤੀ ਦੇ ਨਾਲ ਪ੍ਰੋਟੈਸਟ ਕਰਕੇ ਭਰਤੀਆਂ ਵੀ ਕਰਾਂਗੇ ਹਰ ਸਾਲ ਤੁਹਾਡੇ ਨਾਲ ਵਾਦਾ ਰਿਹਾ ਤੁਸੀਂ ਜੁੜੇ ਰਹੋ ਫਿਰ ਆਪਾਂ ਹਰ ਸਾਲ ਪੁਲਿਸ ਦੀਆਂ ਭਰਤੀਆਂ ਵੀ ਕਰਾਇਆ ਕਰਾਂਗੇ ਤੇ ਬਾਕੀ ਜਿਹੜੇ ਬੱਚੇ ਐਫਸੀਏ ਦੀ ਨੌਕਰੀ ਵੀ ਬਹੁਤ ਜ਼ਿਆਦਾ ਵਧੀਆਗੀ ਜਿਹੜੇ ਬੱਚੇ ਐਫਸੀਏ ਦੇ ਵਿੱਚ ਆਪਾਂ ਸਿਲੈਕਟ ਹੋਣਗੇ ਆਪਣੇ ਉਹਨਾਂ ਵਾਸਤੇ ਆਪਾਂ ਇੱਕ ਸਪੈਸ਼ਲ ਪੀਸੀਐਸ ਦਾ ਬੈਚ ਵੀ ਸ਼ੁਰੂ ਕਰਾਂਗੇ ਠੀਕ ਹੈ ਇੱਕ ਵਾਰੀ ਤੁਸੀਂ ਇਧਰ ਆ ਜੀ ਉਹ ਬਣ ਜਾਓ ਵਧੀਆ ਸੈੱਟ ਹੋ ਜਾਓ ਐਫਸੀਏ ਦੇ ਵਿੱਚ ਬਹੁਤ ਵਧੀਆ ਨੌਕਰੀ ਹੈ ਤੇ ਬਹੁਤ ਵਧੀਆ ਪੇ ਸਕੇਲ ਹੈਗਾ ਠੀਕ ਹੈ ਤੇ ਬਾਕੀ ਬੱਚੇ ਪੁੱਛਦੇ ਹੁੰਦੇ ਆ ਕਿ ਕੀ ਕੰਮ ਹੈ ਕੀ ਕੰਮ ਨਹੀਂ ਹੈਗਾ ਤੇ ਲੜਕੀਆਂ ਦਾ ਕੰਮ ਤੇ ਹੈ ਕਿ ਲੜਕੀਆਂ ਸੈਲੈਕਟ ਹੁੰਦੀਆਂ ਉਹਨਾਂ ਨੂੰ ਦਫ਼ਤਰ ਦੇ ਵਿੱਚ ਲਾ ਦਿੰਦੇ ਹੁੰਦੇ ਆ ਕਿ ਸਾਰਾ ਰਿਕਾਰਡ ਰਿਪੋਰਟ ਚੈੱਕ ਕਰਦੇ ਵਧੀਆ ਕੰਮ ਆ ਮਤਲਬ ਠੀਕ ਹੈ ਦੇਖੋ ਜੀ ਹੁਣ ਚੱਲਦੇ ਆਪਾਂ ਅੱਗੇ ਕਹਿੰਦੇ ਭਾਰਤ ਦਾ ਸਬੰਧ ਇਹਨਾਂ ਵਿੱਚੋਂ ਕਿਸ ਨਾਲ ਨਹੀਂ ਹੈ ਇਹ ਟ੍ਰੋਫੀਆਂ ਬੱਚਿਓ ਜਾਂ ਵਿੱਚ ਖੇਡਾ ਵੀ ਹੈ ਕਿਹਦਾ ਸਬੰਧ ਭਾਰਤ ਦੇ ਨਾਲ ਹੈ ਜੀ ਦੇਖੋ ਆਈਪੀਐਲ ਤਾਂ ਭਾਰਤ ਦੇ ਵਿੱਚ ਹੁੰਦੀ ਹੁੰਦੀ ਹੈ ਇਹ ਤਾਂ ਕੱਟਿਆ ਗਿਆ ਇਹ ਪੁੱਛਿਆ ਕਿਹੜਾ ਨਹੀਂ ਹੈਗਾ ਬੀਜੇ ਹਜ਼ਾਰੇ ਵੀ ਆਪਣੇ ਹੁੰਦੀ ਹੈ ਇੱਥੇ ਤੇ ਨੈਟ ਵੈਸਟ ਵੀ ਹੁੰਦੀ ਹੈ ਜਿਹੜੀ ਐਚ ਸੀਰੀਜ਼ ਆ ਜਾਈ ਠੀਕ ਹੈ ਇਹ ਭਾਰਤ ਦੇ ਵਿੱਚ ਨਹੀਂ ਖੇਡੀ ਜਾਂਦੀ ਹੋਰ ਸਾਰੀਆਂ ਸੀਰੀਜ਼ ਆਈਪੀਐਲ ਵੀ ਭਾਰਤ ਦੇ ਵਿੱਚ ਹੁੰਦਾ ਬੀਜੇ ਹਜ਼ਾਰੀ ਨੈਟ ਵੈਸਟ ਸਾਰੇ ਹੁੰਦੇ ਆ ਪਰ ਕਿਹੜਾ ਨਹੀਂ ਹੁੰਦਾ ਕੱਲਾ ਐਸਲੀ ਸਿਟੀ ਦੇ ਭਾਰਤ ਦੇ ਵਿੱਚ ਨਹੀਂ ਹੁੰਦਾ ਇਹ ਕਿੱਥੇ ਹੁੰਦਾ ਦੇਖੋ ਇਹ ਸੀਰੀਜ਼ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿੱਚ ਹੁੰਦੀ ਹੈ ਆਸਟ੍ਰੇਲੀਆ ਐਂਡ ਇੰਗਲੈਂਡ ਦੇ ਵਿੱਚ ਇਹ ਸੀਰੀਜ਼ ਹੁੰਦੀ ਹੈ ਇਸ ਤੋਂ ਬਾਅਦ ਚਲਦੇ ਆ ਭਾਗ ਅਗਲੇ ਪ੍ਰੈਸ਼ਨ ਦੇ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਪੁੱਛ ਰਹੇ ਨੇ ਇਹ ਆਪ ਤੁਹਾਨੂੰ ਪੁੱਛ ਰਹੇ ਨੇ ਭਾਈ ਕਿਹਨੇ ਕੋਪਾ ਅਮਰੀਕਾ ਕੱਪ ਦਾ ਸੰਬੰਧ ਕਿਸ ਖੇਡ ਨਾਲ ਸੰਬੰਧਿਤ ਹੈ ਜਿਹੜਾ ਕੋਪਾ ਅਮਰੀਕਾ ਕੱਪ ਹੈ ਇਹਦਾ ਸੰਬੰਧ ਕਿਸ ਖੇਡ ਨਾਲ ਹੈ ਫੁੱਟਬਾਲ ਬੈਡਮਿੰਟਨ ਹਾਕੀ ਕਾਰਿਸ ਵੈਰੀ 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 ਇੰਪੋਰਟੈਂਟ ਆਪਾਂ ਇਹ ਹੀ ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ ਕਿਉਂਕਿ ਐਫਸੀ ਦੇ ਵਿੱਚ ਤੁਹਾਨੂੰ ਇਹ ਜਿਹੇ ਪ੍ਰਸ਼ਨ ਹੀ ਮਿਲਣਗੇ ਤਾਂ ਇਹਦਾ ਆਨਸਰ ਹੈਗਾ ਆਪਣਾ ਏ ਨੰਬਰ ਆਪਸ਼ਨ ਫੁੱਟਬਾਲ ਫੁੱਟਬਾਲ ਜਿਹੜੀ ਇਹ ਅਮਰੀਕਾ ਦਾ ਕੱਪ ਆ ਜਿਹੜਾ ਅਮਰੀਕਾ ਕੱਪਾ ਕੋਪਾ ਇਹ ਫੁੱਟਬਾਲ ਨਾਲ ਸੰਬੰਧਿਤ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਆਗਲਾ ਪ੍ਰੇਸ਼ਨ ਕਿਹਨੇ ਜਿਹੜੀ ਆਪਣੀ ਆਡੀਅנס ਫੈਕਟਰੀ ਬੋਰਡ ਹੈ ਠੀਕ ਹੈ ਆਡੀਅנס ਫੈਕਟਰੀ ਰਿਪੋਰਟ ਬੋਰਡ ਹੈ ਇਹਦਾ ਹੈੱਡ ਕੁਆਟਰ ਕਿੱਥੇ ਹੈ ਵੈਰੀ ਵੈਰੀ ਇੰਪੋਰਟੈਂਟ ਮਰਾਦਾਵਾ ਮਰਾਦਾ ਨਗਰ ਜੈਵਲਪੁਰ ਕੋਲਕਾਤਾ ਕੇ ਚੇਨਈ ਤਾਂ ਇਹਦਾ ਸਹੀ ਆਨਸਰ ਹੈਗਾ ਕੋਲਕਾਤਾ ਠੀਕ ਹੈ ਕਲਕੱਤਾ ਦਾ ਬਿਲਕੁਲ ਸਹੀ ਆਨਸਰ ਹੈ ਆਡੀਅנס ਫੈਕਟਰੀ ਵੋਟ ਇਸ ਤੋਂ ਬਾਅਦ ਆਪਾਂ ਅੱਗੇ ਅਗਲੇ ਪ੍ਰੇਸ਼ਨ ਤੇ ਬੈਰੀ ਬੈਰੀ ਇੰਪੋਰਟੈਂਟ ਪ੍ਰੇਸ਼ਨ ਆਪਾਂ ਲਈ ਠੀਕ ਹੈ ਤੁਹਾਨੂੰ ਮਾਰੀ ਚੀਜ਼ ਆਪਾਂ ਕੋਈ ਨਹੀਂ ਕਰਾਵਾਂਗੇ ਹਮੇਸ਼ਾ ਪੂਰਾ ਵਧੀਆ ਕੰਟੈਂਟ ਮਿਲੂਗਾ ਤੁਹਾਨੂੰ ਹੁਣ ਪੁੱਛਿਆ ਜਾਂਦਾ ਕਿ ਭਾਰਤ ਦਾ ਉਹ ਕਿਹੜਾ ਪ੍ਰਦੇਸ਼ ਹੈ ਜਿਸ ਨੂੰ ਸੁੱਤਾ ਹੋਇਆ ਪ੍ਰਦੇਸ਼ ਕਿਹਾ ਜਾਂਦਾ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਕੰਬਲ ਲੈ ਕੇ ਪੈ ਗਏ ਇਹ ਆਪਣੇ ਨੂੰ ਠੀਕ ਹੈ ਇਹਦਾ ਮਤਲਬ ਹੈ ਕਿ ਸੁੱਤਾ ਹੋਇਆ ਪ੍ਰਦੇਸ਼ ਜਾਂ 슬ੀਪਿੰਗ ਸਟੇਟ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਪਹਿਲਾਂ ਵੀ ਬਹੁਤ ਵਾਰੀ ਕਰਵਾਇਆ ਹੋਇਆ ਪ੍ਰੇਸ਼ਨ ਮੱਧ ਪ੍ਰਦੇਸ਼ ਜੂਪੀ ਹਿਮਾਚਲ ਪ੍ਰਦੇਸ਼ ਕੇ ਪੰਜਾਬ ਤਾਂ ਜਿਹੜੇ ਕੈਂਡੀਡੇਟਾਂ ਨੇ ਇਹਦਾ ਆਨਸਰ ਲਾਇਆ ਆਪਣਾ ਮੱਧ ਪ੍ਰਦੇਸ਼ ਉਹਦਾ ਆਨਸਰ ਬਿਲਕੁਲ ਸਹੀ ਹੈ ਇਹ ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈ ਆ ਦੇਖੋ ਥੱਲੇ ਲਿਖਿਆ ਹੋਇਆ ਕਿ ਬੱਚੇ ਦੇ ਦਿਮਾਗ ਚ ਕੀ ਉਹ ਹੋ ਜਾਂਦੇ ਸਕਿਪ ਹੋ ਜਾਂਦੇ ਕਿ ਕਿਉਂ ਕਿਹਾ ਜਾਂਦਾ ਮੱਧ ਪ੍ਰਦੇਸ਼ ਦੇ ਵਿੱਚ ਜੰਗਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹਨ ਇਸ ਲਈ ਇਸ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਜੀ ਤਾਂ ਇਹ ਆਪਣਾ ਕੰਪਲੀਟ ਹੋ ਗਿਆ 184ਵਾਂ ਆਪਰੇਸ਼ਨ ਆ ਹੁਣ ਆ ਗਿਆ ਆਪਾਂ ਦੇਖੋ ਇੱਕ ਤਾਂ ਨੂੰ ਮੈਂ ਨਾਲ ਨਾ ਇੰਪੋਰਟੈਂਟ نیشنل پارک ਕਰਵਾ ਰਹੇ ਹਾਂਗਾ ਜ਼ਰੂਰ ਕਰ ਲਿਓ ਇਹ ਠੀਕ ਹੈ ਕਿਹੜੇ ਕਿਹੜੇ نیشنل پارک ਇੱਕ ਤਾਂ ਹੈਗਾਗਾ ਹੈਮਸ نیشنل پارک ਕਿਹੜਾ ਹੈਮਸ نیشنل پارک ਇਹ ਤਾਂ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਹੈਗਾ ਆਪਣਾ ਡੇਜ਼ਰਟ نیشنل پارک ਡੇਜ਼ਰਟ ਦਾ ਮਤਲਬ ਹੁੰਦਾ ਰਤੀਲਾ ਇਹ ਹੈਗਾ ਰਾਜਸਥਾਨ ਦੇ ਵਿੱਚ ਇੱਕ ਹੈਗਾ ਗੰਗੋਤਰੀ نیشنل پارک ਇਹ ਹੈਗਾ ਉੱਤਰਾਖੰਡ ਦੇ ਵਿੱਚ ਇੱਕ ਹੈ ਨਾਮਪੜਾ نیشنل پارک ਇਹ ਕਿਹ ਹੈ ਉਰਾਂਚਲ ਪ੍ਰਦੇਸ਼ ਦੇ ਵਿੱਚ ਇਹ ਸਾਰੇ ਯਾਦ ਕਰ ਲਓ ਮੇਨ ਮੇਨ ਇਸ ਤੋਂ ਬਾਅਦ ਆ ਗਿਆ ਕਾਚਨ ਜਉਂਗਾ نیشنل پارک ਇਹ ਹੈਗਾ ਆਪਣਾ ਸਿੱਕਮ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਗੁਰੂ ਗਾਸੀਦਾਸ ਇਹ ਹੈਗਾ ਛਤੀਸ਼ਗੜ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਗਿਰ ਫੋਰੈਸਟ پارک ਇਹ ਆ ਗਿਆ ਗੁਜਰਾਤ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਕਿ ਸੁੰਦਰਬਨ نیشنل پارک ਇਹ ਆ ਗਿਆ ਆਪਣਾ ਬੈਸਟ ਬੰਗਾਲ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜਿਮ ਗੋਰਬਟ ਨੈਸ਼ਨਲ ਪਾਰਕ ਇਹ ਆ ਗਿਆ ਪਰ ਉੱਤਰਾਖੰਡ ਦੇ ਵਿੱਚ ਇਹਦੇ ਲਾਸਟ ਤੇ ਆ ਗਿਆ ਆਪਣਾ ਇੰਦਰਾਵਤੀ ਨੈਸ਼ਨਲ ਪਾਰਕ ਇਹ ਆ ਗਿਆ ਆਪਣਾ ਛਤੀਸ਼ਗੜ੍ਹ ਦੇ ਵਿੱਚ ਠੀਕ ਹੈ ਜੀ ਇਹ ਵੀ ਕਲੀਅਰਟੀ ਵਧਾ ਲਿਆ ਕਰੋ ਵੀਡੀਓ ਦੀ ਤੇ ਸਾਰੇ ਧਿਆਨ ਨਾਲ ਯਾਦ ਕਰ ਲੈਣਾ ਟੌਪ 10 ਆ ਭਾਈ ਇਹ ਠੀਕ ਹੈ ਟੌਪ 10 ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਠੀਕ ਹੈ ਇਸ ਤੋਂ ਅੱਗੇ ਪ੍ਰਸ਼ਨ ਪੁੱਛੇ ਦਾ ਬਹੁਤ ਘੱਟ ਚਾਂਸ ਆ ਆ ਜਿਹੜੇ ਤੁਹਾਨੂੰ ਕਰਵਾਤੇ 10 ਇਹ ਤਾਂ ਤੁਹਾਡੇ ਉਂਗਲਾਂ ਤੇ ਹੋਣੇ ਚਾਹੀਦੇ ਆ ਠੀਕ ਹੈ ਆਹ ਤਾਂ ਆਪਣੇ ਕਿੰਨੇ ਕਿ ਪੇਪਰ ਅੱਜ ਪੁੱਛਲੇ ਦੋ ਤ੍ਰਿਤੀਜਾ ਆ ਚੌਥਾ ਆ ਸਭ ਤੋਂ ਜ਼ਿਆਦਾ ਵਾਰ ਪੁੱਛੀ ਗਈ ਹੈ ਇਹ ਚਾਰ ਠੀਕ ਹੈ ਇਸ ਤੋਂ ਬਾਅਦ ਅਗਲੇ ਤੇ ਆ ਗਿਆ ਆਪਾਂ ਇਹਦੇ ਵਿੱਚ ਕੀ ਰਿਲੇਸ਼ਨ ਪੁੱਛਿਆ ਗਿਆਗਾ ਕਿਨੇ ਰਸੋਈ ਦੇ ਵਿੱਚ ਜੋ ਕੰਚ ਦੀਆਂ ਵਸਤੂਆਂ ਦੀ ਸੀ ਵਰਤੋਂ ਕਰਦੇ ਹਾਂ ਉਹ ਕੰਚ ਦੀ ਕਿਹੜੀ ਕਿਸਮ ਹੁੰਦੀ ਹੈ ਦੇਖੋ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਹੋਂ ਡੋਂਗੇ ਜਿਉਂਦੇ ਜਿਹੜੇ microwaves 'ਚ ਧਰਨ ਵਾਲੇ ਜਾਂ ਆਪਾਂ ਹੋਰ ਵੀ ਕੰਚ ਵਾਲੀਆਂ ਚੀਜ਼ਾਂ ਵਰਤਦੇ ਹਾਂ ਠੀਕ ਹੈ ਉਹ ਜਿਹੜੇ ਕੰਚ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਕਿਹੜੇ ਕੰਚਾਂ ਦੇ ਬਣੀਆਂ ਹੋਈਆਂ ਹੁੰਦੀਆਂ ਹਨ ਤਾਂ ਕੰਚ ਦੇ ਅਲੱਗ-ਅਲੱਗ ਕਿਸਮ ਹੈ ਭਾਈ ਫਲੈਟ ਗਲਾਸ ਪਾਇਰੈਕਸ ਕਰੋਕ ਗਲਾਸ ਸੋਡਾ ਗਲਾਸ ਠੀਕ ਹੈ ਚਾਰ ਕਿਸਮਾਂ ਵੈਸੇ ਤੇ ਆਪਾਂ ਜਿਹੜੀ ਗੱਲ ਕਰਦੇ ਤੇ ਆਪਾਂ ਕਿਹੜਾ ਕੰੱਚ ਵਰਤਦੇ ਰਸੂਈ ਦੇ ਵਿੱਚ ਵਰਤਦੇ ਆਪਾਂ ਵਰਤਦੇ ਆ ਬੀ ਨੰਬਰ ਆਪਸ਼ਨ ਪਾਇਰੈਕਸ ਗਲਾਸ ਜਿਹੜਾ ਆਪਾਂ ਘਰਾਂ ਦੇ ਵਿੱਚ ਰਸੂਈ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਉਹਦੇ ਵਿੱਚ ਜਿਹੜਾ ਕੰੱਚ ਲੱਗਿਆ ਹੁੰਦਾ ਉਹ ਕੰੱਚ ਹੁੰਦਾ ਆਪਣਾ ਪਾਇਰੈਕਸ ਕੰੱਚ ਹੁਣ ਦੇਖੋ ਇਸ ਤਰ੍ਹਾਂ ਹੀ ਸੋਡਾ ਗਲਾਸ ਦੀ ਵਰਤੋਂ ਪਰਖਣ ਲਈ ਜਾਂ ਲੈਬਾਰਟਰੀ ਦੇ ਵਿੱਚ ਕੀਤੀ ਜਾਂਦੀ ਹੈ ਨੰਬਰ ਚਾ ਆ ਨਹੀਂ ਪਿਆ ਸੋਡਾ ਗਲਾਸ ਜਿਹੜੀ ਇਹ ਕਿਸਮ ਹੁੰਦੀ ਹੈ ਇਹਦੀ ਵਰਤੋਂ ਜਦੋਂ ਆਪਾਂ ਲੈਬੋਰੀਟਰੀਆਂ ਦੇ ਵਿੱਚ ਅੱਗੇ ਆਪਣੇ ਪ੍ਰੈਕਟੀਕਲ ਹੁੰਦੇ ਹੁੰਦੇ ਸੀ ਜਦੋਂ ਆਪਾਂ 10ਵੀਂ 12ਵੀਂ ਚ ਪੜ੍ਹਦੇ ਹੁੰਦੇ ਸੀ ਲੈਬੋਰੀਟਰੀਆਂ ਦੇ ਵਿੱਚ ਨਹੀਂ ਆਪਾਂ ਨੂੰ ਲੈ ਕੇ ਜਾਂਦੇ ਹੁੰਦੇ ਤਾਂ ਉੱਥੇ ਤੁਹਾਨੂੰ ਕੋਈ ਪਰਖ ਦਿੰਦੀਆਂ ਜਾਂ ਮਿਲਦੀਆਂ ਹੁੰਦੀਆਂ ਜਿਦੇ ਵਿੱਚ ਕੈਮੀਕਲ ਜਾਂ ਪਾਉਂਦੇ ਹੁੰਦੇ ਆ ਰੰਗ-ਬਰੰਗੇ ਜਾਂ ਠੀਕ ਹੈ ਕਿ ਨਾ ਅਸੀਂ ਵੀ ਬਾਅਦ ਗਏ ਸੀ 12ਵੀਂ ਦੇ ਵਿੱਚ ਜੋ ਪੜ੍ਹਦੇ ਹੁੰਦੇ ਸੀ ਅਸੀਂ ਮੇਰੇ ਕੋਲੇ ਨਾਨ ਮੈਡੀਕਲ ਸੀ ਜੋ ਕੈਮੀਕਲ ਜਾਂ ਪਾ ਕੇ ਸਾਰਿਆਂ ਦਾ ਮਤਲਬ ਮੂੰਹ ਕਾਲੀ ਕਰਤੇ ਸੀ ਮੈਂ ਕਹਿੰਦਾ ਠੀਕ ਹੈ ਤੇ ਉਹ ਗਲਤਫਲਤ ਪੈ ਜਾਂਦਾ ਕੈਮੀਕਲ ਕਈ ਵਾਰੀ ਤੇ ਤਾਂ ਹੀ ਕਹਿੰਦੇ ਹੁੰਦੇ ਆ ਕਿ ਜਦੋਂ ਆਪਾਂ ਲੈਬ ਦੇ ਵਿੱਚ ਜਾ ਠੀਕ ਹੈ ਉਹ ਮੈਂ ਦੋ ਤਿੰਨ ਪਾਣੀ ਮਿਕਸ ਜੇ ਕਰਤੇ ਸੀ ਤੇ 12ਵੀਂ ਦੀ ਗੱਲ ਹੈ ਜਿਹਨੂੰ ਮੇਰੇ ਨਾਨ ਮੈਚ 12ਵੀਂ ਜਿਹੜੇ ਕੋ ਨਾਨ ਮੈਡੀਕਲ ਹੁੰਦਾ ਸੀ ਸਰਕਾਰੀ ਸਕੂਲ ਚ ਪੜਦਾ ਸੀ ਰਾਮਪਰੇ ਉਦੋਂ ਦੋ ਤਿੰਨ ਕੈਮੀਕਲ ਜਿਵੇਂ ਇਕੱਠੀ ਪਾਤੇ ਠੀਕ ਹੈ ਤਾਂ ਜਿਹੜੇ ਪਰਖ ਜਿੰਗੀਆਂ ਜੰਦੀਆਂ ਹੁੰਦੀਆਂ ਆਪਣੀਆਂ ਲੈਬਰਾਟਰੀ ਵਿੱਚ ਵਰਤੀਆਂ ਜਾਂਦੀਆਂ ਉਹ ਜਿਹੜੀਆਂ ਬਣੀਆਂ ਹੋਣਗੀਆਂ ਸੋਡਾ ਗਲਾਸੀਆਂ ਬਣੀਆਂ ਬੰਦੀਆਂ ਪ੍ਰੈਸ਼ਨ ਵੀ ਯਾਦ ਕਰ ਲੈਣਾ ਨਾਲ ਜਿਹੜਿਆ ਐਕਸਟਰਾ ਪੌਂਡ ਲਿਖਿਆ ਹੋਇਆ ਕੋਈ ਆਪਣਾ ਦਿਮਾਗ ਨਹੀਂ ਬੱਚੂ ਖਰਾਬ ਹੋਏਗਾ ਜਾਂ ਪੂਹੀ ਲਿਖੀ ਜਾਂਦੇ ਟਾਈਪਿੰਗ ਕਰੀ ਜਾਂਦੇ ਬਿੱਲੀ ਬੈਠੇ ਠੀਕ ਹੈ ਤਾਂ ਇਸ ਤਰ੍ਹਾਂ ਹੀ ਟਿਊਬ ਲਾਈਟ ਜਿਹੜੀ ਆਪਣੇ ਘਰਾਂ ਵਿੱਚ ਟਿਊਬ ਲਾਈਟ ਹੁੰਦੀ ਆ ਆਪਾਂ ਕਹਿੰਦੇ ਐਲਈਡੀ ਬੱਲਬ ਲੱਗੇ ਆਪਣੇ 2 ਸਾਲ ਦੀ ਗਾਰੰਟੀ ਇਹਦੇ ਉੱਪਰ ਲਿਖ ਦਿਓ ਹਨਾ ਆਪਾਂ ਲੈਕੀਨ ਉਹ ਬੱਲਬ ਟਿਊਬ ਲਾਈਟ ਬੱਲਬ ਇੱਕ ਕਹਿੰਦਾ ਉਹ ਵੀ ਹੁੰਦੇ ਹਨਾ ਕਿ ਮੱਛਰ ਭਜਾਉਣ ਵਾਲੇ ਹੁੰਦੇ ਆ ਬੱਲਬ ਜੇ ਲੈਨੇ ਹੁੰਦੇ ਤੁਸੀਂ ਸਾਡੇ ਇਥੇ ਆਉਂਦੇ ਹੁੰਦੇ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਨ ਕਿ ਪੁਰਾਣੇ ਬੱਲਬ ਲੈ ਜਾਓ ਭਾਈ ਤੇ ਨਵੇਂ ਬੱਲਬ ਲੈ ਜਾਓ 50 ਦੇ 2 ਨਹੀਂ 50 ਦਾ 1 100 ਦੇ 3 ਹਾਂ ਐ ਆਫਰ ਦਿੰਦੇ ਹੁੰਦੇ ਇਸ ਤੋਂ ਬਾਰੇ ਇੱਕ ਹੁਣ ਕਰਕ ਗਲਾਸ ਰੋਕ ਕਲਾਸ ਦੀ ਵਰਤੋਂ ਕਹਦੇ ਵਿੱਚ ਕੀਤੀ ਜਾਂਦੀਆਂ ਐਣਕਾਂ ਦੇ ਵਿੱਚ ਹੈਨਾ ਐਣਕਾਂ ਹੀ ਲਾਉਦੇ ਹੁਣ ਆਪਾਂ ਪਾਰਵਾਹੀ ਦੇ ਵਿੱਚ ਅੱਧੇ ਵਿੱਚ ਦੇਖਿਆ ਪਤੰਦਰ ਗੱਡੀ ਦੇ ਵਿੱਚ ਬੈਠੇ ਐਣਕਾ ਲਈ ਰੱਖਣਗੇ ਐਣਕ ਤਾਂ ਹਸਲਤਾ ਬਣੀ ਆਈ ਹੈ ਐਣਕ ਜਿਹੜੇ ਬੰਦੇ ਨੇ ਕੋਈ ਮੋਟਰਸਾਈਕਲ ਚਲਾਉਣਾ ਜਾਂ ਵਿਆਹ ਵਿੱਚ ਜਲਤੋਂ ਪਤੋਂ ਪੈਂਦੇ ਉਹਦੇ ਵਾਸਤੇ ਹੁੰਦੀ ਆ ਆਪਣੇ ਪਤੰਦਰ ਗੱਡੀ ਦੇ ਵਿੱਚ ਬੈਠ ਕੇ ਤਾਂ ਵਿੱਚ ਹੀ ਲਈ ਰੱਖਣਗੇ ਗੱਡੀ ਦੇ ਵਿੱਚ ਠੀਕ ਹੈ ਤੇ ਇੱਕ ਰੋਕ ਕਲਾਸ ਦੀਆਂ ਬਣੀਆਂ ਹੋਣਗੀਆਂ ਇਹ ਵੀ ਗੱਲ ਯਾਦ ਰੱਖਣੀ ਹੈ ਇਸ ਤਰ੍ਹਾਂ ਹੀ ਇੱਕ ਹੁੰਦਾ ਫਲਿੰਟ ਗਲਾਸ ਫਲਿੰਟ ਗਲਾਸ ਦੀ ਵਰਤੋਂ ਕੀਤੀ ਨੇ ਕੈਮਰਿਆਂ ਦੇ ਵਿੱਚ ਜਿਹੜੇ ਕੈਮਰੇ ਨੇ ਵਰਤਦੇ ਹੁੰਦੇ ਵਿਆਹਾਂ ਦੇ ਵਿੱਚ ਜੇ ਤੁਸੀਂ ਫੋਟੋ ਖਿਚਾਉਣੇ ਹੁੰਦੇ ਉਦੋਂ ਤੁਹਾਡੀ ਪਲੇਟ ਭਰੀ ਪਈ ਹੁੰਦੀ ਹੈ ਗਲਾਜਾਂ ਮਾਣਾ ਨਾਲ ਪਕੌੜੇ ਵਿੱਚ ਹੀ ਪਕੌੜੇ ਰੱਖੇ ਬੈਠੇ ਹੁੰਦੇ ਉਹ ਵਿੱਚ ਹੀ ਰਸਗੁੱਲੇ ਵਿੱਚ ਹੀ ਚਟਨੀ ਤੁਰੀ ਫੱਦੀ ਹੁੰਦੀ ਹੈ ਤੁਹਾਡੀ ਪਲੇਟ ਦੇ ਹਨ ਉਦੋਂ ਫਿਰ ਪਤਾ ਉਹ ਨਹੀਂ ਆ ਜਾਂਦਾ ਹੁੰਦਾ ਫੋਟੋਗ੍ਰਾਫਰ ਕਹਿੰਦੇ ਬਈ ਫੋਟੋ ਕਰਾ ਲਓ ਹਨਾ ਤੇ ਤੁਸੀਂ ਪਲੇਟ ਦੀ ਲਗਾਉਣੇ ਹੁੰਦੇ ਉਹ ਹਨੇਜ ਨਾਲ ਕਿ ਲਕੋ ਕੇ ਜੇ ਕਿ ਫੋਟੋ ਜੀ ਕਰਾ ਲੀਏ ਤੇ ਤੁਸੀਂ ਫਿਰ ਨੂੰ ਆਏ ਦੱਸੋ ਜੇ ਤੁਸੀਂ ਉਹ ਜਦੋਂ ਪਾਉਣੇ ਹੁੰਦੇ ਸਮਾਂ ਤੁਸੀਂ ਐ ਇੱਕ ਉਹ ਦੇਖਿਆ ਵਿੱਚ ਰੂੜੀ ਲਈ ਬੈਠੇ ਹੁੰਦੇ ਆ ਉਹਦੇ ਉੱਤੇ ਪਲੇਟਾਂ ਜਿਹੜੀਆਂ ਦੇ ਉੱਤੇ ਮੈਂ ਵੀ ਲਾ ਲੰਨਾ ਹੁੰਦਾ ਕੋਈ ਚੱਕਰ ਆਈ ਕਰਨੀ ਮੈਂ ਤਾਂ ਨਹੀਂ ਦੱਸ ਰਿਹਾ ਫਿਰ ਮੈਂ ਤੁਸੀਂ ਬਿਆਨ ਹੀ ਸਦਨੋਂ ਹਟ ਜਾਊਂਗੇ ਤੇ ਠੀਕ ਹੈ ਫਲੈਂਟ ਗਲਾਸ ਹੁੰਦਾ ਜਿਹੜਾ ਜਿਹੜਾ ਇਹ ਕੈਮਰੇਜ ਉਹ ਜਿਹੜਾ ਕੈਮਰਾ ਹੁੰਦਾ ਜਿਹਨੇ ਆਪਾਂ ਫੋਟੋ ਖਿੱਚਦੇ ਹੁੰਦੇ ਜਿੱਥੇ ਆਪਣੇ ਅੰਗਲਾਜ ਆਮਣਾ ਵੀ ਆ ਜਾਂਦੇ ਚਟ ਇਹਨਾਂ ਲਿਬੜ ਗਿਆ ਹੋਗਾ ਵਿੱਚ ਹੈਨਾ ਤੇ ਆਪਣਾ ਸਾਰਾ ਪਤਾ ਵੀ ਲੱਗ ਜਾਂਦਾ ਕਿ ਆਪਾਂ ਕਿੰਨਾ ਖਾਧਾਗਾ ਤੇ ਉਹ ਉਹ ਜਿਹੜਾ ਕੈਮਰੇ ਨਾਲ ਫੋਟੋ ਖਿੱਚਣਾ ਹੁੰਦਾ ਉਹਦੇ ਉੱਤੇ ਗਲਾਸ ਲੱਗਿਆ ਹੁੰਦਾ ਫਲੈਂਟ ਗਲਾਸ ਲੱਗਿਆ ਹੋਵਾਂਦਾਗਾ ਠੀ ਇਹ ਜੇ ਆਪ ਗੱਡੀ ਚ ਬਹਿ ਕੇ ਐਨਕਲ ਲਾਉਣੇ ਹੁੰਦੇ ਆ ਉਹ ਚ ਇੱਕ ਰੋਕ ਗਲਾਸ ਲੱਗਿਆ ਹੁੰਦਾ ਜਿਹੜਾ ਆਪ ਮੱਛਰ ਭਜਾਉਣ ਵਾਲੇ ਵੱਲਵ ਲੈਣੇ ਹੁੰਦੇ ਆ ਟਿਊਬ ਲਾਈਟਾਂ ਵਾਲੇ ਆਮ ਤੌਰ ਤੇ ਘਰਾਂ ਦੇ ਵਿੱਚ ਟੂ ਐਲਈਡੀ ਵੱਲਵ ਉਹਦੇ ਵਿੱਚ ਆਪਣਾ ਇਹ ਲੱਗਿਆ ਹੁੰਦਾਗਾ ਜਿਹੜਾ ਸੋਡਾ ਗਲਾਸ ਹੀ ਲੱਗਿਆ ਹੁੰਦਾ ਠੀਕ ਹੈ ਇਹ ਪਤਲਾ ਜਿਹਾ ਕੰਚ ਹੁੰਦਾ ਜਿੰਮੀ ਬਰੀਕ ਜਿਹਾ ਪਾਰਟ ਦੇ ਵਿੱਚ ਸਿਲਕ ਦਾ ਉਤਪਾਦਨ ਸਭ ਤੋਂ ਜ਼ਿਆਦਾ ਕਿੱਥੇ ਕਿੱਥੇ ਹੈ ਸਿਲਕ ਬਾਰੇ ਤਾਂ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ ਕਿਉਂਕਿ ਸਿਲਕ ਦੇ ਸੂਟ ਪਾਉਂਦੀਆਂ ਇਹ ਠੀਕ ਹੈ ਸਿਲਕ ਦਾ ਉਤਪਾਦ ਦੱਸੋ ਭਾਈ ਕੁੜੀ ਕੋ ਸੋਡਾ ਆਪਰੇਸ਼ਨ ਹੈ ਇਹ ਕਿੱਥੇ ਕੀਤਾ ਜਾਂਦਾ ਸਭ ਤੋਂ ਵੱਧ ਕਰਨਾਟਕਾ ਦੇ ਵਿੱਚ ਕੀਤਾ ਜਾਂਦਾ ਉੜੀਸਾ ਦੇ ਵਿੱਚ ਕਿਤੇ ਨੇ ਜੂਪੀ ਦੇ ਵਿੱਚ ਕਿਤੇ ਨੇ ਵੈਸਟ ਬੰਗਾਲ ਦੇ ਵਿੱਚ ਕੀਤਾ ਜਾਂਦਾ ਤਾਂ ਇਹਦਾ ਅਨਸਰ ਹੈਗਾ ਏ ਨੰਬਰ ਆਪਸ਼ਨ ਕਰਨਾਟਕਾ ਦੇ ਵਿੱਚ ਕੀਤਾ ਜਾਂਦਾਗਾ ਠੀਕ ਆ ਸਿਲਕ ਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਆਪਰੇਸ਼ਨ ਵੀ ਪੇਪਰ ਦੇ ਵਿੱਚ ਆਇਆ ਹੋਇਆ ਹੈ ਸੀਪੀਐਸ ਬੋਰਡ ਦੇ ਪੇਪਰ ਚ ਆਇਆ ਹੋਇਆ ਤੇ ਤੁਹਾਨੂੰ ਇਹਨਾਂ ਆਪਣੇ ਨਾਲ ਤੁਹਾਨੂੰ ਇਹਦੀ ਤਸਦੀਕ ਇਹਦਾ ਯਕੀਨ ਦੇ ਸਕਦਾ ਕਿ ਐਫਸੀ ਦੇ ਵਿੱਚ 3 ਨੰਬਰਾਂ ਦੀ ਜੀਕੇ ਆਉਗੀ ਉਹਦੇ ਜੋ 25 ਤੋਂ ਲੈ ਕੇ 28 ਤੱਕ ਅਪਰੇਸ਼ਨ ਤੁਹਾਨੂੰ ਆਪਣੇ ਆਪ ਜੇ ਲੈਕਚਰ ਲੱਗਣਗੇ ਆਪਣੇ 20 25 30 ਕਿੰਨੇ ਵੀ ਲੱਗਦੇ ਆ ਇਹਦੇ ਵਿੱਚੋਂ ਅਪਰੇਸ਼ਨ ਮਿਲੂਗਾ ਤੁਹਾਨੂੰ ਨਾ ਦਾ ਮੈਥ ਦਾ ਅਪਰੇਸ਼ਨ ਬਾਹਰੋਂ ਮਿਲੇ ਨਾ ਰੀਜ਼ਨਿੰਗ ਦਾ ਬਾਹਰੋਂ ਮਿਲੇ ਤੇ ਨਾ ਹੀ ਮਿਲੇ ਦਾ ਠੀਕ ਹੈ ਉਹ ਭਾਰਤੀ ਕਰੈਕਟਰ ਦਾ ਨਾਮ ਦੱਸੋ ਜਿਸ ਨੇ ਅ ਟੈਸਟ ਫਾਰਮੂਲ ਦੇ ਵਿੱਚ ਸੈਂਚਰੀ ਮਾਰੀ ਸੀ ਤੇ ਟੈਸਟ ਮੈਚ ਨਹੀਂ ਹੁੰਦੇ ਹੁੰਦੇ ਮੁੰਡਿਆਂ ਤੋਂ ਵੱਧ ਪਤਾ ਹੈ ਕੁੜੀਆਂ ਨੂੰ ਤਾਂ ਪਤਾ ਨਹੀਂ ਹੁੰਦਾ ਵਿਚਾਰੀਆਂ ਨੂੰ ਟੈਸਟ ਫਾਰਮੈਟ ਬੰਡੇ ਮੈਚ ਹੁੰਦੇ ਹੁੰਦੇ ਆ ਮੈਨੂੰ ਤਾਂ ਵੈਸੇ ਸ਼ੌਂਕ ਹੈ ਨਹੀਂ ਕ੍ਰਿਕਟ ਦਾ ਤੇ ਬੰਡੇ ਹੁੰਦੇ ਆ ਇੱਕ ਟੈਸਟ ਹੁੰਦੇ ਆ ਇੱਕ ਬੰਦੇ ਕਿਹੜੇ ਹੁੰਦੇ ਆ ਪਤਾ ਨਹੀਂ ਜਿਹੜੇ ਪੰਜਾਬੋਂ ਬਣਾਲੇ ਹੁੰਦੇ ਸ਼ਾਇਦ ਇਹ ਜਾਂ ਕੁਝ ਹੁੰਦਾਗਾ ਮੈਨੂੰ ਆਪਾਂ ਨੂੰ ਇਹ ਨਹੀਂ ਵੀ ਘੱਟ ਪਤਾ ਕਿਉਂਕਿ ਮੈਨੂੰ ਇੰਟਰਸਟ ਨਹੀਂ ਹੈ ਕ੍ਰਿਕਟ ਦੇ ਵਿੱਚ ਠੀਕ ਹੈ ਤੇ ਮੈਨੂੰ ਇੰਟਰਸਟ ਹੈਗਾ ਗੇਮ ਖੇਡਣ ਦੇ ਵਿੱਚ ਗੇਮ ਵਿੱਚ ਸਭ ਤੋਂ ਵੱਧ ਖੇਡਦਾਗਾ ਕਾਲ ਆਫ ਡਿਊਟੀ ਜਿਹੜੀ ਤੇ ਚੱਲਦੀ ਹੁੰਦੀ ਹੈ ਸੋ ਮੇਰੀ ਫੇਵਰਿਟ ਗੇਮ ਆ ਮੈਂ ਉਹੀ ਖੇਡਦਾ ਹੁੰਦਾ ਹਾਂ ਬਹੁਤ ਟਾਈਮ ਦੇ ਵਿੱਚ ਤੇ ਉਸ ਭਾਰਤੀ ਕ੍ਰਿਕਟਰ ਨਾਲ ਦੱਸੋ ਜਿਸ ਨੇ ਟੈਸਟ ਫਾਰਮੈਟ ਦੇ ਵਿੱਚ ਸੈਂਚਰੀ ਬਰਨਾਤ ਕਪਲ ਦੇਵ ਕੇ ਸੁਨੀਲ ਤਾਂ ਇਹ ਮਾਰੀ ਸੀ ਭਾਈ ਆਪਣੀ ਲਾਲਾ ਬਰਨਾਤ ਠੀਕ ਹੈ ਲਾਲਾ ਬਰਨਾਤ ਨੇ ਮਰੀ ਸੋਚ ਕੇ ਅਪਲੀਕੇਸ਼ਨ ਅਨਸਰ ਦੇਣਾ ਪਿਆ ਦੇਖੋ ਜਮਸਾ ਸੌਖੇ ਅਪਲੀਕੇਸ਼ਨ ਹੈ ਪੇਪਰ ਦੇ ਵਿੱਚ ਅੱਧੇ ਕਹਿਣਗੇ ਸੌਖੇ ਅਪਲੀਕੇਸ਼ਨ ਹੈ ਜੀ ਇਹ ਸੌਖੇ ਅਪਲੀਕੇਸ਼ਨ ਇਹ ਤੁਸੀਂ ਪੇਪਰ ਦੇ ਵਿੱਚ ਜੇ ਨਾਮ ਗਲਤ ਕਰਕੇ ਆਏ ਤਾਂ ਮੇਰਾ ਨਾਮ ਬਟਾ ਦਿਓ ਸੌਖੀ ਕਰਕੇ ਆਉਂਗੇ ਬਾਅਦ ਕਰੇ ਆ ਕੇ ਕਹਿੰਦੇ ਨੇ ਜਰਾ ਇਹ ਹੋ ਗਿਆ ਜੀ ਆ ਤਾਂ ਸਾਨੂੰ ਆਉਂਦਾ ਸੀ ਜੀ ਇਹ ਸੀ ਗਲਤ ਕਰਿਆ ਜੀ ਫਿਰ ਮੈਨੂੰ ਫੋਨ ਲਈ ਜਾਂਦੇ ਹੁੰਦੇ ਇਸ ਤੋਂ ਬਾਅਦ ਜੀ7 ਜੀ7 ਕਿਉਂ ਕਿਹਾ ਜਾਂਦਾ ਕਿਉਂਕਿ 7 ਦੇਸ਼ਾਂ ਦਾ ਸਮੂਹ ਹੈਗਾ ਜੀ7 ਨੇਸ਼ਨ ਨੂੰ ਕਿਸ ਸਾਲ ਸਥਾਪਿਤ ਕੀਤਾ ਗਿਆ ਸੀ 1960 1975 1890 2000 ਜਿਹੜੀ ਇਹ ਜੀ7 ਆ ਭਈ ਇਹਨੂੰ ਕੀਤਾ ਗਿਆ ਸੀ 60 ਚ ਤਾਂ ਕੀਤਾ ਨਹੀਂ ਗਿਆ ਸੀ 90 ਚ ਵੀ ਨਹੀਂ 1975 ਅੰਸਰ ਆਊਗਾ ਤੇ 1975 ਦੇ ਵਿੱਚ ਇੱਕ ਘਾੜ ਹੋਰ ਵੀ ਹੋਇਆ ਸੀ ਜਿਹੜਾ ਆਰੀਆ ਪੱਟ ਸੀ ਉਹਨਾਂ ਨੇ ਸੈਟੇਲਾਈਟ ਛੱਡੀ ਸੀ ਆਪਣੀ ਪਹਿਲੀ ਸੈਟੇਲਾਈਟ ਛੱਡੀ ਸੀ ਆਰੀਆ ਪੱਟ ਤੇ ਆ ਇੰਪੋਰਟੈਂਟ ਭਈ ਨਾਲ ਉਹ ਹੈਗੇ ਠੀਕ ਹੈ ਹੈਡਕਵਰਟਰ ਹੈ ਯਾਦ ਕਰ ਲਿਓ ਚੰਗੀ ਤਰ੍ਹਾਂ ਇੰਪੋਰਟੈਂਟ ਹੈਡਕਵਰਟਰ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਹੈਗਾ ਬਟੋ ਬਟੋ ਵੀ ਦਿਖਾ ਸਕਦਾ ਵਾਰਡ ਟ੍ਰੇਡ ਆਰਗੇਨਾਈਜੇਸ਼ਨ ਦਾ ਹੈਡਕਵਰਟਰ ਹੈਗਾ ਜਨੇਵਾ ਦੇ ਵਿੱਚ ਤੇ ਜਨੇਵਾ ਕਿੱਥੇ ਹੈ ਸਵਿਟਜ਼ਰਲੈਂਡ ਦੇ ਵਿੱਚ ਇਸ ਤੋਂ ਬਾਅਦ ਐਸਸੀਓ ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈਗਾ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦਾ ਹੈਡਕਵਰਟਰ ਕਿੱਥੇ ਹੈ ਬਜਿੰਗ ਦੇ ਵਿੱਚ ਬਜਿੰਗ ਕਿੱਥੇ ਚైనా ਦੇ ਵਿੱਚ ਚੈਣੀ ਰਾਤ ਨਹੀਂ ਬਜੇਗੀ ਆ ਠੀਕ ਹੈ ਇਸ ਤੋਂ ਬਾਅਦ ਨਾਟੋ ਬਰੀ ਬਰੀ ਇੰਪੋਰਟੈਂਟ ਪਟਵਾਰੀ ਦੇ ਵਿੱਚ ਵੀ ਅਪ੍ਰਿਸ਼ਨ ਆਇਆ ਹੋਇਆ ਸੀ ਪਟਵਾਰੀ ਦੇ ਵਿੱਚ ਇਹ ਨਾਟੋ ਹੁੰਦੀ ਹੈ ਨਾ ਇਹ ਫੌਜਾਂ ਦਾ ਸਬੰਧਤ ਹੁੰਦਾ ਹੈ ਇਹਦਾ ਨਾਰਥ ਅਲਟਾਨਿਕ ਟ੍ਰੀਟੀ ਆਰਗੇਨਾਈਜੇਸ਼ਨ ਬਰੂਸਲ ਬੈਲਜੀਅਮ ਦੇ ਵਿੱਚ ਇਹਦਾ ਹੈਡਕੁਆਟਰ ਹੈ ਇਸ ਤੋਂ ਬਾਅਦ ਆ ਗਿਆ ਏਡਬਲਯੂਈਐਫ ਵਾਰਡ ਇਕਨੋਮਿਕ ਫੋਰਮ ਕਿੱਥੇ ਇਹਦਾ ਹੈਡਕੁਆਟਰ ਇਹਦਾ ਹੈਡਕੁਆਟਰ ਵੀ ਜਨੇਵਾ ਦੇ ਵਿੱਚ ਜਨੇਵਾ ਦੇ ਵਿੱਚ ਕਿੱਥੇ ਕੋਲੋਗੇਨੀ ਦੇ ਵਿੱਚ ਕਿੱਥੇ ਸਵਿਟਜ਼ਰਲੈਂਡ ਦੇ ਵਿੱਚ ਸਾਰਕ ਬਰੀ ਵੈਰੀ ਵੈਰੀ ਇੰਪੋਰਟੈਂਟ ਹੈ ਕਾਠਮੰਡੂ ਦੇ ਵਿੱਚ ਹੈ ਨੇਪਾਲ ਦੇ ਵਿੱਚ ਹੈ ਸਭ ਤੋਂ ਇੰਪੋਰਟੈਂਟ ਕਰੰਟ ਅਫੇਅਰਾਂ ਦੇ ਸਭ ਤੋਂ ਇੰਪੋਰਟੈਂਟ ਹੈੱਡ ਕੁਆਟਰ ਹੈ ਬੈਸਰਾ ਹੈੱਡ ਕੁਆਟਰ ਆਪਣੇ 25 30 ਹੈਗੇ ਪਰ ਸਿਰਫ 10 ਹੀ ਯਾਦ ਕਰ ਲਓ 10ਾਂ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਪੱਕਾ ਮਿਲੂਗਾ ਪੇਪਰ ਦੇ ਵਿੱਚ ਬ੍ਰਿਕਸ ਬ੍ਰਿਕਸ ਕਿੰਨੇ ਦੇਸ਼ਾਂ ਦਾ ਸਮੂਹ ਹੈ ਪੰਜ ਦੇਸ਼ਾਂ ਦਾ ਸਮੂਹ ਹੈ ਸਮੂਹ ਹੈ ਪੰਜ ਦੇਸ਼ ਕਿਹੜੇ ਕਿਹੜੇ ਹੈ ਬੀ ਤੇ ਬ੍ਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚైనా ਐਸ ਤੇ ਸਾਊਥ ਅਫਰੀਕਾ ਇਹਦਾ ਕਿੱਥੇ ਹੈ ਬ੍ਰਿਕਸ ਦਾ ਸ਼ੰਘਾਈ ਦੇ ਵਿੱਚ ਇਸ ਤੋਂ ਬਾਅਦ ਆ ਗਿਆ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹਦਾ ਹੈੱਡ ਕੁਆਟਰ ਕਿੱਥੇ ਆ ਹੈਗ ਦੇ ਵਿੱਚ ਹੈਗ ਕਿੱਥੇ ਆ ਨੀਦਰਲੈਂਡ ਦੇ ਵਿੱਚ ਇੱਥੇ ਦੇ ਲੋਕਾਂ ਨੂੰ ਕੀ ਕਹਿੰਦੇ ਨੇ ਨੀਦਰਲੈਂਡ ਦੇ ਲੋਕਾਂ ਨੂੰ ਕੀ ਕਹਿੰਦੇ ਆ ਡੱਚ ਠੀਕ ਹੈ ਤੇ ICJ ਹੁੰਦਾ ਇਹਦਾ ਕਾਰਜਕਾਲ ਕਿੰਨਾ ਹੁੰਦਾ ਦੱਸੋ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ 15 ਸਾਲ ਹੁੰਦਾ ਕਿ 5 ਸਾਲ ਹੁੰਦਾ ਇਹ ਤੁਸੀਂ ਦੱਸਣਾ ਇਸ ਤੋਂ ਬਾਅਦ ਆ ਗਿਆ ਆਪਣਾ ਵਾਰਡ ਫੂਡ ਪ੍ਰੋਗਰਾਮ ਬਰੀ ਵੈਰੀ ਇੰਪੋਰਟੈਂਟ ਕਿੱਥੇ ਦਾ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਜਿਆਦਾ ਰੋਮ ਇਟਲੀ ਦੇ ਵਿੱਚ ਹੀ ਹੁੰਦਾ ਹੈਗਾ ਠੀਕ ਹੈ ਗੱਲ ਯਾਦ ਰੱਖਣੀ ਹੈ ਠੀਕ ਹੈ ਵਾਰਡ ਫੂਡ ਪ੍ਰੋਗਰਾਮ ਇਹਦਾ ਕਿੱਥੇ ਹੈ ਆਪਣਾ ਰੋਮ ਇਟਲੀ ਦੇ ਵਿੱਚ ਇਸ ਤੋਂ ਬਾਅਦ ਵਾਰਡ ਬੈਂਕ ਡੈਵਿਡ ਹੈਦਾ ਚੇਅਰਮੈਨ ਤੇ ਇਹਦਾ ਕਿੱਥੇ ਹੈ ਬੋਸਟਿਕਨ ਡੀਸੀ ਯੂਐਸਏ ਦੇ ਵਿੱਚ ਇੰਟਰਨੈਸ਼ਨਲ ਮਿਨੋਰਟੀ ਫੰਡ ਆਈਐਮਐਫ ਕ੍ਰਿਸਟਾ ਜਾਰਜੀਆ ਸਿਰਫ ਉਹ ਆਪਣੇ ਚੇਅਰਮੈਨ ਇਹ ਹੈਗਾਗਾ ਬਾਸਟਿੰਗ ਡੀਸੀ ਜੂਐਸਸੀ ਦੇ ਵਿੱਚ ਇਹ ਹੈਡ ਕੁਆਟਰ ਇੰਨੇ ਇੰਪੋਰਟੈਂਟ ਆ ਜਿਹੜੇ ਬੱਚਿਆਂ ਤਾਂ ਹੈਗੀ ਆ ਪੜ੍ਹਾਈ ਦੀ ਪਤਾ ਬੇਟੇ 'ਚ ਪਤਾ ਜਿਹੜੇ ਬੰਦੇ ਨੂੰ ਕਿਉਂਗੀ ਦੋ ਤਰ੍ਹਾਂ ਦੇ ਬੱਚੇ ਪੜ੍ਹਦੇ ਹੁੰਦੇ ਇੱਕ ਤਾਂ ਬੱਚਾ ਉਹ ਪੜ੍ਹਦਾ ਹੁੰਦਾ ਜਿਹੜਾ ਬਿਲਕੁਲ ਪਤਾਛ ਹੈਗਾ ਇੱਕ ਬੱਚਾ ਉਹ ਹੁੰਦਾ ਜਿਹੜਾ ਕਿਸੇ ਪਾਸੋਂ ਤਿਆਰੀ ਕਰਕੇ ਆਇਆ ਹੈਗਾ ਜਿਹੜਾ ਕਿਸੇ ਪਾਸੋਂ ਤਿਆਰੀ ਕਰਕੇ ਆ ਉਹ ਬੱਚੇ ਨੂੰ ਪਤਾ ਹੁੰਦਾ ਕਿ ਆਹ ਚੀਜ਼ਾਂ ਦਾ ਬੇਟੇਜ ਕਿੰਨਾ ਜ਼ਿਆਦਾ ਬੇਟੇਜ ਹੈ ਉਹ ਬੱਚਾ ਇੱਥੋਂ ਹੀ ਕਦਰ ਕਰ ਲੈਂਦਾ ਹੁੰਦਾ ਹੈਗਾ ਇੱਥੋਂ ਹੀ ਪਤਾ ਕਰ ਲੈਂਦਾ ਉਹ ਬੱਚਾ ਕਿ ਜਿਹੜਾ ਆਪ ਨੂੰ ਕੰਟੈਂਟ ਮਹਈਆ ਕਰਵਾਇਆ ਜਾ ਰਿਹਾ ਹੈ ਉਹ ਦੇਖੋ ਸਾਰੀਆਂ ਚੀਜ਼ਾਂ ਤੁਹਾਨੂੰ ਕਵਰ ਕਰਵਾ ਦੇ ਹਨ ਠੀਕ ਹੈ ਹੈੱਡ ਕੁਆਟਰ ਤੁਹਾਨੂੰ ਨਹੀਂ ਕੋਈ ਛੱਡਿਆ ਮੈਂ ਨਾ ਕਰਵਾਏ ਮੈਂ ਨਾ ਚ ਡਾਂਸ ਕਰਵਾਈ ਜਾਂਦੇ ਆ ਠੀਕ ਹੈ ਸਾਰੀਆਂ ਚੀਜ਼ਾਂ ਕਰਵਾਈ ਜਾਂਦੇ ਜਿਹੜੀ ਜਿਹਨੇ ਇੰਪੋਰਟੈਂਟ ਆਈ ਜਾਂਦੀਆਂ ਇੱਕ ਅਪਰੇਸ਼ਨ ਦਾ 6 ਅਪਰੇਸ਼ਨ ਕਵਰ ਹੋ ਰਿਹਾ ਹੁਣ ਆਪਣਾ 200 ਅਪਰੇਸ਼ਨ ਕਵਰ ਹੋ ਗਿਆ 200 ਅਪਰੇਸ਼ਨਾਂ ਦੇ ਵਿੱਚ ਜੇ ਆਪਾਂ ਇੱਕ ਅਪਰੇਸ਼ਨ ਦੇ ਵਿੱਚ ਪੰਜ ਅਪਰੇਸ਼ਨ ਵੀ ਮੰਨ ਲਏ ਚੱਲੀਏ ਤਾਂ ਵੀ ਆਪਣਾ 1000 ਅਪਰੇਸ਼ਨ ਕੰਪਲੀਟ ਹੋ ਚੁੱਕਿਆ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਹੁਣ ਤੁਸੀਂ ਕਹਿੰਦੇ ਹੋਗੇ 200 ਹੋ ਗਿਆ 200 ਦੇ ਵਿੱਚ ਹੀ 1000 ਹੋ ਗਿਆ ਬਟ ਪਰ ਆਪਾਂ 1500 ਅਪਰੇਸ਼ਨ ਕੰਪ ਤੇ ਇਹਨਾਂ ਤੋਂ ਆਪਣਾ ਪਿਆ ਹਜੇ ਤੇ ਜੇ ਆਪਾਂ ਦੇਖੀਏ 1000 ਆਪਰੇਸ਼ਨ ਦਾ ਆਪਣਾ 200 ਦੇ ਵਿੱਚ ਕੰਪਲੀਟ ਹੋ ਗਿਆ ਇਸ ਤਰ੍ਹਾਂ ਤੁਸੀਂ ਅੰਦਾਜ਼ਾ ਲਾ ਲਓਗੇ ਜੇ ਆਪਾਂ 1500 ਆਪਰੇਸ਼ਨ ਕਰਦੇ ਆ 1500 ਦੀ ਜੇ ਆਪਾਂ 5 ਨਾਲ ਵੀ ਗੁਣਾ ਕਰੀਏ 7500 ਕਹਿੰਦਾ ਮਤਲਬ ਕਿ 9000 8000 ਦੇ ਆਪਰੇਸ਼ਨ ਆਪਾਂ ਜਾਵਾਂਗੇ ਕਿਉਂਕਿ ਅੱਦੇ ਜਿਹੇ ਜੇ ਆ ਦੇਖੋ ਆਪਰੇਸ਼ਨ ਦੇ ਵਿੱਚ ਕਿੰਨੇ ਆਪਰੇਸ਼ਨ ਕਵਰ ਹੋਗੇ 11 ਆਪਰੇਸ਼ਨ ਕਵਰ ਹੋਗੇ 10 ਤਾਂ ਹੋਗੇ 11ਵਾਂ ਤੁਹਾਨੂੰ ਕਰਵਾਇਆ ਵਾ ਇੱਕ ਆਪਰੇਸ਼ਨ ਦੇ ਵਿੱਚ 11 ਆਪਰੇਸ਼ਨ ਵੀ ਕਵਰ ਹੋ ਰਹੇ ਆ ਕਿਸੇ ਦੋ ਵੀ ਹੋ ਰਹੇ ਆ ਠੀਕ ਹੈ ਕਿਸੇ ਚੈੱਕ ਵੀ ਹੋ ਰਿਹਾ ਤਾਂ ਸਾਰੇ ਦਾ ਬੈਲੈਂਸ ਕਰਕੇ ਆਪਾਂ 5 ਮੰਨਦੇ ਆਂ ਠੀਕ ਹੈ ਤਾਂ ਹੈਡ ਕੁਆਟਰ ਪੱਕੇ ਯਾਦ ਕਰਨੇ ਆ ਬਰੀ ਬਰੀ ਇੰਪੋਰਟੈਂਟ ਹੈਡ ਕੁਆਟਰ ਆਪੇ ਤੁਹਾਡੇ ਵਾਸਤੇ ਇੰਨੀ ਮਹੱਤਵ ਕਰਕੇ ਨੋਟਸ ਤਿਆਰ ਕਰੀ ਜਾਂਦੇ ਆ ਠੀਕ ਹੈ ਲੋ ਟਾਈਮ ਲੱਗਦਾ ਪਹਿਲਾਂ ਬਣਾਉਣ ਤੇ ਬਾਅਦ ਚ ਪੜਾਉਣ ਤੇ ਤਾਂ ਵੀਡੀਓ ਲੇਟ ਮਿਲਦੀ ਹੈ ਮਿਡਡੇ ਮੀਲ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ ਮਿਡਡੇ ਮੀਲ ਆ ਹੁੰਦੀ ਆ ਪਤੋ ਜਿਹੜੀ ਆਪਣੇ ਘਰਾਂ ਦੇ ਇਹ ਅੰਗਣਵਾੜੀ ਵਾਲੇ ਬੱਚਿਆਂ ਵਾਸਤੇ ਬਹੁਤ ਇੰਪੋਰਟੈਂਟ ਪਰਿਸ਼ ਅੰਗਣਵਾੜੀ ਦੇ ਹਰੇਕ ਪੇਪਰ ਦੇ ਵਿੱਚ ਇਹ ਪਰਿਸ਼ ਆਇਆ ਹੁੰਦਾ ਹੈ ਇਹਦਾ ਮਿਡਡੇ ਮੀਲ ਹੈ ਜੇ ਹੁਣ ਬੱਚਿਆਂ ਠੀਕ ਹੈ ਤੇ ਸਾਡੇ ਮਿਲ ਦਾ ਪਰ ਹੁੰਦਾ ਨਹੀਂ ਸੀ ਜਿਹੜੇ ਹੋਰ ਗਰਸਾਂ ਵਾਲੇ ਸੀ ਜਵਾਕ ਸੀ ਹੁੰਦਾ ਤੁਸੀਂ ਮਗਾਂ ਮਗੋ ਲੈਂਦੇ ਸੀ ਖਾ ਖੋ ਲੈਂਦੇ ਜਿਹੜੀ ਭੁੱਖ ਲੱਗਦੀ ਸੀ ਠੀਕ ਹੈ ਬਹੁਤ ਸਵਾਦ ਤੇ ਬੁੱਧਵਾਰ ਨੂੰ ਖੀਰ ਵੀ ਬਣਦੀ ਹੁੰਦੀ ਸੀ ਤੁਹਾਨੂੰ ਪਤਾ ਹੋਊਗਾ ਜਿਹੜੇ ਬੱਚੇ ਨਵੇਂ ਆ ਉਹਨਾਂ ਨੂੰ ਤਾਂ ਪਤਾ ਨਹੀਂ ਉਹਨਾਂ ਖੀਰ ਵੀ ਬਣਦੀ ਹੁੰਦੀ ਹੈ ਭਾਈ ਉੱਥੇ ਬਾਈ ਕਾਜੂ ਬਦਾਮਾਂ ਵਾਲੀ ਵਿੱਚ ਕਾਜੂ ਪਾਏ ਹੁੰਦੇ ਵਿੱਚ ਬਦਾਮ ਪਾਏ ਹੁੰਦੇ ਆ ਹੁੰਦਾ ਸ਼ਾਇਦ ਕਹਿੰਦੇ ਦਾਖਾ ਵੀ ਪਾਉਣ ਲੱਗੇ ਸਿਆਲ ਆ ਗਿਆ ਨਾ ਠੀਕ ਹੈ ਸਕੂਲ ਬੰਦ ਕਰਦਿਆਂ ਦੇ ਬਾਰੇ ਜਵਾਕ ਕੀ ਕਰਨ ਬਹੁਤ ਖਾਂਦੇ ਰਹੇ ਮੇਡੇ ਮੀਲ ਚ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਆਪਰ ਆਪਣੇ ਲਈ ਹਸੂਲ ਹੈ ਲੰਗਰ ਤਾਂ ਆਪਾਂ ਕਦੇ ਨਹੀਂ ਛੱਡਿਆ ਹੋਰ ਭਾਵੇਂ ਕੋਈ ਕੰਮ ਛੱਡ ਕੇ ਕਰਦਾ ਮਿਡੇ ਮੀਲ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ 90 95 2000 ਕੇ 2005 ਤਾਂ ਇਹ ਸ਼ੁਰੂ ਕੀਤਾ ਗਿਆ ਸੀ 1995 ਦੇ ਵਿੱਚ ਮਿਡੇ ਮੀਲ ਠੀਕ ਹੈ ਆਪਰੇਸ਼ਨ ਦਾ ਆਪੇ ਸਾਨੂੰ ਬਹੁਤ ਬਾਰੇ ਕਰਵਾਇਆ ਹੋ ਡਿਟੇਲ ਚ ਵੀ ਕਰਵਾਤਾ ਹੈ ਆਪਰੇਸ਼ਨ ਜਿਹੜੇ ਬੱਚੇ ਨੇ ਪਿਛਲਾ ਪੀਡੀਐਫ ਨਹੀਂ ਦੇਖਿਆ ਉਹ ਦੇਖ ਸਕਦੇ ਨੇ ਜਦੋਂ ਸਾਰਾ ਕੋਈ ਡਿਟੇਲਸ ਦਿੱਸਿਆ ਹੋਇਆ ਹੈ ਕਿ ਕਦੋਂ ਸ਼ੁਰੂ ਕੀਤੇ ਗਏ ਸੀ ਕਿਹਨੂੰ ਮਿਲਿਆ ਸੀ ਸਰਦਾਰਤਾ ਸਾਹਿਬ ਫਾਲ ਕੇ ਵੀ ਕਰਵਾਇਆ ਪਾਇਆਗਾ ਫਸਟ ਇੰਡੀਆ ਜਿਸ ਨੂੰ ਨੋਬਲ ਪ੍ਰਾਈਜ਼ ਨਾਲ ਸਮਾਨਿਤ ਕੀਤਾ ਗਿਆ ਸੀ ਰਵਿੰਦਰਨਾਥ ਟੈਗੋਰ ਸਰਿੰਦਰਨਾਥ ਵੈਨਰਜੀ ਸੀ ਆਰ ਦਾ ਜਵਾਹਰ ਲਾਲ ਨਹਿਰੂ ਤਾਂ ਰਵਿੰਦਰਨਾਥ ਟੈਗੋਰ ਨੂੰ ਸਮਾਨਿਤ ਕੀਤਾ ਗਿਆ ਸੀ ਤੇ ਨੋਬਲ ਪ੍ਰਾਈਜ਼ ਸ਼ੁਰੂ ਕੀਦੋਂ ਹੋਈ ਸੀ 1901 ਦੇ ਵਿੱਚ ਸ਼ੁਰੂ ਹੋਈ ਸੀ ਜਦ ਰਵਿੰਦਰਨਾਥ ਟੈਗੋਰ ਨੂੰ ਇਹ ਮਿਲਿਆ ਸੀ 1913 ਦੇ ਵਿੱਚ ਠੀਕ ਹੈ ਉਹੀ ਰਵਿੰਦਰਨਾਥ ਟੈਗੋਰ ਹੈ ਜਿਨ੍ਹਾਂ ਨੂੰ 1911 ਦੇ ਵਿੱਚ ਕਲਕੱਤਾ ਦੀ ਵਿਸ਼ੇਸ਼ਣ ਹੋਇਆ ਸੀ ਉਹਦੇ ਵਿੱਚ ਇਹਨੇ ਜਨ ਗਨ ਮਨ ਆਪਣਾ ਜਿਹੜਾ ਨੈਸ਼ਨਲ ਗਾਣ ਗਾਣ ਕਿਹਾ ਜਾਂਦਾ ਇਹਨੂੰ ਉਹ ਗਾਇਆ ਸੀ ਇਹਨਾਂ ਨੇ ਠੀਕ ਹੈ ਤੇ ਜਿਹੜਾ ਬੰਦੇ ਮਾਤ ਰਵਾਂਗਾ ਇਹ ਗਿਆ ਸੀ ਆਪਣਾ ਵਿਕਰਮ ਚੰਦਰ ਚੈਟਰਜੀ ਨੇ ਇਹ ਨਹੀਂ ਗਿਆ ਸੀ 1896 ਦੇ ਵਿੱਚ ਇਹ ਵੀ ਕਲਕੱਤਾ ਦੇ ਵਿੱਚ ਗਿਆ ਗਿਆ ਸੀ ਇਹ ਆਪਣਾ ਰਾਸ਼ਟਰੀ ਗੀਤ ਹੈ ਤੇ ਆਪਣਾ ਰਾਸ਼ਟਰੀ ਗਾਣ ਇਹ ਦੋਨੀਆਂ ਚੀਜ਼ਾਂ ਦਾ ਖਿਆਲ ਰੱਖਣਾ ਗਾਣ ਤੇ ਗੀਤ ਦੇ ਵਿੱਚ ਬੱਚੇ ਬੜਾ ਉਲਝਦੇ ਆ ਜਨ ਗਨ ਗਨ ਦੇ ਵਿੱਚ ਗਾਣ ਆ ਗਿਆ ਤਾਂ ਯਾਦ ਕਰ ਲਿਓ ਆ ਲਿਖਿਆ ਹੋਇਆ ਨਾਲ ਐਕਸਟਰਾ ਪੁਆਇੰਟ ਇਹ ਨੋਬਲ ਪੁਰਸਕਾਰ 1901 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਰਵਿੰਦਰਨਾਥ ਟੈਗੋਰ ਨੂੰ 1913 ਦੇ ਵਿੱਚ ਮਿਲਿਆ ਗਿਆ ਸੀ ਦਿੱਤਾ ਗਿਆ ਸੀ ਠੀਕ ਹੈ ਇਸ ਤੋਂ ਬਾਅਦ ਅਗਲਾ ਕਿਸੇ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਰ ਪਾਇਆ ਜਾਂਦਾ ਹੈ ਹੁਣ ਆਪਾਂ ਦੇਖਦੇ ਹਾਂ ਹਰਿਆਈ ਚੀਜ਼ ਕੇਸਰ ਕੇ ਸਾਥ ਬਦਾਮ ਕੇਸਰ ਕਹਿੰਦੇ ਨੇ ਹੁੰਦੇ ਕੇਸਰ ਨਾਲ ਕਹਿੰਦੇ ਹੁੰਦੇ ਜਿਹੜੋ ਕਿਸੇ ਔਰਤ ਨੇ ਬੱਚੇ ਨੂੰ ਜਨਮ ਦੇਣਾ ਤਾਂ ਉਹਨੂੰ ਬਦ ਤੋਂ ਬਦ ਕੇਸਰ ਖਵਾਇਆ ਜਾਂਦਾ ਕਿ ਬੱਚੇ ਦਾ ਰੰਗ ਗੋਰਾ ਹੋਵੇ ਸਹੀ ਗੱਲ ਹੈ ਇਹ ਤੇ ਵੈਸੇ ਵੀ ਆਪਾਂ ਖਾਣੇ ਮੇ ਵੀ ਬਹੁਤ ਕੇਸਰ ਖਾਂਦਾ ਗਾ ਦੁੱਧ ਦੇ ਜਿਹੜੋ ਵੀ ਦੁੱਧ ਦੁੱਧ ਪੀਣਾ ਹੁੰਦਾ ਵਿੱਚ ਮਾੜਾ-ਮੋੜਾ ਪਾ ਲਈਦਾ ਠੀਕ ਹੈ ਦਾ ਜਿਹੜੋਂ ਮੈਂ ਹੋ ਕੱਲ ਪਰਸੋਂ ਮੈਂ ਗੁਰਦੁਆਰੇ ਚ ਲੰਗਰ ਖਾਣ ਗਿਆ ਸੀ ਬਸੇ ਦੋ ਰੋਜ਼ ਹੀ ਬਗ ਜਨਾ ਜੇ ਕਿਸੇ ਤੋਂ ਹੋਵੇ ਤੇ ਮੈਨੂੰ ਗੁਰਦੁਆਰੇ ਲੰਗਰ ਬਹੁਤ ਸਵਾਦ ਲੱਗਦਾ ਤੇ ਉਹਨਾਂ ਦੀ ਵੀ ਤੇ ਖੀਰ ਬਣਾਈ ਸੀ ਖੀਰ ਦੇ ਵਿੱਚ ਵੀ ਕੇਸਰ ਪਾਇਆ ਸੀ ਤੇ ਬਹੁਤ ਨਜ਼ਾਰਾ ਆਇਆ ਕਾਜੂ ਬਦਾਮ ਉੱਤੇ ਐ ਤਰ ਦੇ ਫਿਰ ਨਾ ਖੀਰ ਦੇ ਉੱਤੇ ਕੀ ਨਜ਼ਾਰਾ ਹੁੰਦਾਗਾ ਹਨਾ ਲੰਗਰ ਵਰਗਾ ਜਿਹਨ ਖਾਣਾ ਨਿਕਰੇ ਬਣ ਸਕਦਾ ਦੁਨੀਆ ਦੇ ਵਿੱਚ ਇੱਕ ਚੀਜ਼ ਤਾਂ ਮੈਂ ਨੋਟ ਕਰ ਲਈ ਮੈਂ ਜਿਆਦਾ ਜਿਹੜਾ ਉਹਦਾ ਮਤਲਬ ਜਿਆਦਾ ਮੈਂ ਖਾਣਾ ਨਾ ਲੰਗਰ ਨਾਲ ਵੀ ਜੀ ਖਾ ਕੇ ਆਉਣਾਗਾ ਤੇ ਘਰੇ ਜਦ ਮੈਂ ਘੱਟੀ ਖਾਣਾ ਹੁੰਦਾ ਠੀਕ ਹੈ ਇਹ ਆਪਣੀ ਪਰਦੇ ਦੀ ਗੱਲ ਹੈ ਦੱਸਿਓ ਨਾ ਕਿਸੇ ਨੂੰ ਠੀਕ ਹੈ ਤੇ ਕਿਸ 스테ਟ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਦਾ ਉਤਪਾਦਨ ਕੀਤਾ ਜਾਂਦਾ ਹੈ ਆਪਣੀ ਇੱਕ 스테ਟ ਹੀ ਹੈ ਜਿਆਦਾ ਵੀ ਲਿਖ ਦਿਓ ਜਿਆਦਾ ਵੀ ਲਿਖ ਸਕਦੇ ਹੋ ਜਾਂ ਤੁਸੀਂ ਐ ਵੀ ਲਿਖ ਸਕਦੇ ਹੋ ਕਿਹੜੀ ਇਕੱਲੀ 스테ਟ ਹੈ ਪੰਜਾਬ ਇੰਡੀਆ ਦੀ ਜਿਹਦੇ ਵਿੱਚ ਕੇਸ ਦਾ ਉਤਪਾਦਨ ਕੀਤਾ ਜਾਂਦਾ ਹੈ ਹਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦਿੱਲੀ ਕਿ ਹਰਿਆਣਾ ਤਾਂ ਇਹ ਭਾਈ ਗੱਲ ਜੰਮੂ ਕਸ਼ਮੀਰ ਦੇ ਵਿੱਚ ਹੀ ਹੁੰਦਾ ਭਾਈ ਹੋਰ ਕਿੱ데 ਨਹੀਂ ਹੁੰਦਾ ਹੈ ਕੇਸ ਰੈਨਾ ਜ਼ਿਆਦੇ ਠੀਕ ਹੈ ਇੱਥੇ ਜ਼ਿਆਦਾ ਹੁੰਦਾਗਾ ਆ ਦੇਖੋ ਦੂਸਰੇ ਪਾਸੇ ਇਹ ਹੀ ਇੱਕ ਭਾਰਤੀ 스테ਟ ਹੈ ਜਿਸ ਥਾਂ ਤੇ ਕੇਸ ਦੀ ਖੇਤੀ ਕੀਤੀ ਜਾਂਦਾ ਪਰ ਹੁਣ ਇੱਕ ਨਵਾਂ ਰੂਲ ਪਾਸ ਕੀਤਾ ਆਪਣੀ ਸਰਕਾਰ ਨੇ ਇਹਨੇ ਜਿਹੜਾ ਆਪਣਾ ਹਿਮਾਚਲ ਪ੍ਰਦੇਸ਼ ਹੈ ਕਿ ਇੱਥੇ ਵੀ ਕੇਸਰ ਦੀ ਖੇਤੀ ਕੀਤੀ ਜਾਵੇ ਕੇਸਰ ਇੱਥੇ ਬਾਦਰੂਬਤ ਬਣਾਇਆ ਜਾਵੇ ਕਿ ਮਤਲਬ ਇੱਕ ਸਟੇਡੀਅਮ ਆਪਣੇ ਕੋਲ ਕੇਸਰ ਵਾਲੀ ਹੁਣ ਫਿਰ ਮੇਰੇ ਵਰਗਿਆਂ ਨੂੰ ਕੇਸਰ ਘੱਟ ਮਿਲਦਾਗਾ ਠੀਕ ਹੈ ਇਹਨੇ ਹੁਣ ਇੱਕ ਅੰਦੀ ਕੇਸਰ ਦੀ ਹੋਰ ਤਿਆਰ ਕੀਤਾ ਜਾਵੇ ਕੰਮ ਕਿ ਉੱਥੇ ਕੇਸਰ ਹੋਇਆ ਕਰੂਗਾ ਉੱਥੇ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਹ ਇੱਕ ਗ란ਟ ਅਫੇਅਰ ਦਾ ਆਪਰੇਸ਼ਨ ਹੈ ਆਜੋ ਹੁਣ ਆਪਾਂ ਨੱਚ ਕੇ ਦੋ ਮਿੰਟ ਨੱਚ ਕੇ ਗਈ ਕੀ ਕੱਠਕਲੀ ਕਿਸੇ ਸਟੇਟ ਦਾ ਮਸ਼ਹੂਰ ਤਿਹਾਰ ਹੈ ਕੱਠਕਲੀ ਡਾਂਸ ਹੈ ਭਾਈ ਇਹ ਕਿਸੇ ਸਟੇਟ ਦਾ ਮਸ਼ਹੂਰ ਤਿਹਾਰ ਨਹੀਂ ਲਿਖਣਾ ਸੀ ਇੱਥੇ ਡਾਂਸ ਲਿਖਣਾ ਸੀ ਚਲ ਇਹਨਾਂ ਤੁਸੀਂ ਸਮਝ ਹੀ ਜਾਉਂਗੇ ਠੀਕ ਹੈ ਤੁਹਾਨੂੰ ਪਤਾਗਾ ਇਹ ਕਥਕਲੀ ਡਾਂਸ ਕਿੱਥੋਂ ਦਾ ਕੇਰਲਾ ਦਾ ਤਾਮਨਾਡੂ ਦਾ ਉਰੰਚਲ ਪ੍ਰਦੇਸ਼ ਦਾ ਕਿ ਕਰਨਾਟਕ ਦਾ ਤਾਂ ਕੇ ਤੇ ਕਥਕਲੀ ਤੇ ਕੇ ਤੇ ਹੀ ਕੇਰਲਾ ਕੇ ਤੇ ਕਰਨਾਟਕ ਨਾਲ ਆਇਓ ਪ੍ਰਧਾਨ ਸਾਹਿਬ ਕੇਲੇ ਯਾਦ ਰੱਖਿਓ ਠੀਕ ਹੈ ਤੇ ਇੱਕ ਗੱਲ ਤਾਂ ਇਹ ਰਹੀ ਇੱਕ ਇਹ ਤਾਂ ਨੱਚਦੇ ਆਗੇ ਤਾਲ ਤੇ ਸੁਰ ਤੇ ਤੇ ਜਿਹੜੇ ਆਪਣੇ ਵਾਲੇ ਹੁੰਦੇ ਆ ਲਾ ਕੇ ਦੋ ਪੈਗ ਬਾਹਰ ਵਿੱਚ ਇਹ ਜਨਰੇਟਰ ਤੇ ਨੱਚੀ ਜਾਂਦੇ ਹੁੰਦੇ ਆਪਣੇ ਵਾਲੇ ਬਹੁਤ ਦੇਖਿਆ ਮੈਂ ਇੱਕ ਦੋ ਤਿੰਨ ਗੀਤ ਆਪਣੇ ਵਾਲੇ ਕੋਲੇ ਉਹਦੇ ਨਾਲੇ ਪੱਕੇ ਲਮਾਉਣੇ ਲਮਾਉਣਾ ਮਾਂ ਦੇ ਪੁੱਤਾਂ ਨੇ ਤੇ ਇੱਕ ਤਾਂ ਲਮਾਉਣਾ ਹੁੰਦਾ ਆ ਇਹਨਾਂ ਨੇ ਸਦੀਕ ਦਾ 100 ਦਾ ਨੋਟ ਤੇ ਇੱਕ ਲਮਾਉਣਾ ਹੁੰਦਾ ਉਹ ਮੁੰਡਾ ਲੈਣ ਮੈਨ ਲੱਗਿਆ ਇਹ ਆਪਣੇ ਨਾਲ ਤੋਂ ਫੇਵਰਿਟ ਗੀਤ ਹੈਗੇ ਠੀਕ ਹੈ ਇਹ ਉਹੀ ਗੱਲ ਜੋ ਪਿਆਬੂ ਵਿੱਚ ਜਾਂਦੇ ਆ ਸਗੋਂ ਮੁੰਡੇ ਖੁੰਡੇ ਰਹਾ ਜੇ ਮੰਗਰ ਬੈਠੇ ਹੁੰਦੇ ਆ ਜਿਹੜੇ ਮੇਰੇ ਲੱਗੇ ਚੌੜੇ ਜਿਹੇ ਹੁੰਦੇ ਉਹ ਚੜ ਜਾਂਦੇ ਸਟੇਜ ਤੇ ਠੀਕ ਹੈ ਉਹ ਲਮਾਉਂਦੇ ਹੁੰਦੇ ਇਹ ਜਿਹੇ ਗੀਤ ਠੀਕ ਹੈ ਤੇ ਇਕਾ ਤੂੰ ਨਹੀਂ ਬੋਲਦੀ ਰਿਕਾ ਨੇ ਤੂੰ ਨਹੀਂ ਬੋਲਦੀ ਇਹ ਜੀ ਗੀਤ ਸਾਰੇ ਆਪਣੇ ਆੜੀ ਲਮਾਉਂਦੇ ਆ ਪਤੰਦਰ ਇਹ ਇਹਦੇ ਦੇ ਅੰਦਰ ਯਾਰ ਇਹਦੇ ਦੇ ਅੰਦਰ ਡੁੱਟ ਜੇ ਆਪਰੇ ਨਾਲ ਕੋਈ ਸੁਰ ਹੁੰਦਾ ਨਾ ਤਾਲ ਹੁੰਦਾ ਆਪਣੇ ਨਾਲ ਜਦੋਂ ਡੰਗੜ ਡੰਗੜ ਵਾਲੇ ਦੱਬੀ ਤਰੀ ਜਾਂਦੇ ਕੰਮ ਉਦੋਂ ਚੰਗਾ ਪੈਗ ਲੱਗਿਆ ਹੋਣਾ ਚੰਗਾ ਮੇਜਾ ਕੇ ਪਨੀਰ ਖਾਦਾ ਹੁੰਦਾ ਉਤੋਂ ਤੇ ਫਿਰ ਲਮਾਉਂਦੇ ਫਿਰ ਗੀਤ ਪਰ ਨੱਚੀ ਗਈ ਜਾਂਦੇ ਠੀਕ ਹੈ ਪਰ ਭਾਵੇਂ ਮੁੜ ਕੇ ਜੂ ਪੈਗ ਸੱਤ ਅੱਠ ਟੱਪ ਕੇ ਨਾ ਆਪਲੇ ਆਲੇ ਦੇ ਅੰਦਰ ਮੁੜ ਕੇ ਤਾਂ ਇਹ ਜਨਰੇਟਰ ਦੀ ਨੱਚੀ ਜਾਂਦੇ ਤੇ ਮੁੜ ਕੇ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਗੀਤ ਚੱਲਦਾ ਮੁੜ ਕੇ ਭਾਵੇਂ ਖਾਬਰਾਂ ਲਾ ਦੂ ਉਦੋਂ ਕਿਉਂਕਿ ਇਹਨੂੰ ਕਿਹੜਾ ਪਤਾ ਲੱਗਣਾ ਹੁੰਦਾ ਕੁਸ ਠੀਕ ਆ ਆਪਣੇ ਨੇ ਬੰਦੇ ਕੱਬੇ ਆਪ ਨੂੰ ਕੱਥਾ ਕੜੀ ਕਿਸ ਸਟੇਟ ਦਾ ਮਹਸੂਰ ਤਿਹਾਰ ਹੈ ਕੇਰਲਾ ਦਾ ਤੇ ਹੁਣ ਆ ਯਾਦ ਕਰ ਲੋ ਬਈ ਮੇਨ ਮੇਨ ਸੁਨੇਰੇ ਨਾਲ ਵੀ ਲੈ ਕੇ ਇੰਨੇ ਇੰਪੋਰਟੈਂਟ ਇੰਨੇ ਇੰਪੋਰਟੈਂਟ ਇੰਨੇ ਇੰਪੋਰਟੈਂਟ ਕਿ ਦੱਸ ਨਹੀਂ ਸਕਦਾ ਬਸ ਉਹਨੂੰ ਮੈਂ ਪਰ ਤੇਰੀ ਗੱਲ ਹੀ ਆਪਣੀ ਐ ਸਮਝ ਲੋ ਦੇਖੋਂ ਦੇ ਨਾਲ 파르ਤ ਨਾਟੇ ਕਿਹੜਾ 파르ਤ ਨਾਟੇ ਇਹ ਹੈਗਾ ਤਾਮਨਾਡੂ ਦਾ ਤਿਹਾਰ। ਆਹ ਤਾਮਨਾਡੂ ਕਿੱਥੋਂ ਦਾ? ਤਾਮਨਾਡੂ ਦਾ। ਇੱਕ ਆਪ ਪੜਕੇ ਆਪ ਗਏ ਆ ਕਥਕਲੀ। ਕਥਕਲੀ ਹੁਣੀ ਪੜਕੇ ਗਏ ਨੇ ਕਥਕਲੀ। ਕਥਕਲੀ ਹੁਣੀ ਪੜਕੇ ਗਏ ਆ ਤੇ ਗੱਲ ਸੁਣ ਲੋ ਪੇਪਰ ਜਿਹੜਾ ਹੋਣਾ ਨਾ ਐਫਸੀ ਦੇ ਤਿੰਨ ਭਾਸ਼ਾਵਾਂ ਦੇ ਵਿੱਚ ਹੋਣਾ ਪੰਜਾਬੀ, ਹਿੰਦੀ, ਪੰਜਾਬੀ, ਹਿੰਦੀ, ਇੰਗਲਿਸ਼, ਠੀਕ ਐ। ਇੱਕ ਤਾਂ ਕੀ ਬਈ ਬੰਦਾ ਕਥਕ ਦੇ ਵਿੱਚ ਉਲਝ ਜਾਂਦਾ। ਕਥਕ ਦੇ ਵਿੱਚ, ਕਥਕ ਦੇ ਵਿੱਚ ਤੁਹਾਨੂੰ ਪਤਾ ਹੁੰਦਾ। ਉੱਥੇ ਪੇਪਰ ਜਾ ਕੇ ਤੁਸੀਂ ਤੱਤੇ ਹੋ ਜਾਂਦੇ ਹੋ। ਉਹ ਤੁਸੀਂ ਨਹੀਂ ਦੇਖਦੇ ਕਥਕਲੀ ਲਿਖਿਆ ਹੋਇਆ ਹੈ ਕਿ ਕਥਕ ਲਿਖਿਆ ਹੋਇਆ ਥੋੜੇ ਆਪਣੇ ਕਹਿੰਦਾ ਹੁੰਦਾ ਆਪਣੇ ਗਾਇ ਕਹਿੰਦਾ ਹੁੰਦਾ ਗਲਤ ਪੈ ਗਿਆ ਹੋਇਆ ਯਾਰ ਤਾਂ ਉੱਥੇ ਧਿਆਨ ਫੋਲੋ ਜੇ ਕਥਕ ਲਿਖਤਾ ਨਾ ਕੱਲਾ ਇਹ ਜੂਪੀ ਦੇ ਵਿੱਚ ਹੁੰਦਾ ਕੱਲਾ ਕਥਕ ਜੇ ਕਥਕ ਕਲੀਲਾ ਤਾਂ ਫਿਰ ਕੇਰਲਾ ਦੇ ਵਿੱਚ ਹੁੰਦਾ ਇਹ ਕਹਿੰਦਾ ਕੱਚੀ ਪੂੜੀ ਕੁੱਚੀ ਪੂੜੀ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਹੁੰਦਾ ਮਣੀ ਪੂਰੀ ਤੁਸੀਂ ਸਿੱਧੇ ਯਾਦ ਕਰ ਲੋਗੇ ਯਾਰ ਮਣੀ ਪੂਰੀ ਤੇ ਦੇ ਵਿੱਚ ਮਣੀ ਪੂਰੀ ਮਣੀ ਪੂਰੀ ਵਿੱਚ ਹੁੰਦਾ ਮੌਨੀ ਤਮ ਇਹ ਕੇਰਲਾ ਦੇ ਵਿੱਚ ਮਨਾਇਆ ਜਾਂਦਾ ਹੈ ਕੇਰਲਾ ਦੇ ਤੋਂ ਫੇਮਸ ਇਤਿਹਾਸ ਹੈ ਕਥਕਲੀ ਤੇ ਮੋਨੀਟਮ 오ਡੀਸੀ ਦਾ ਤੁਸੀਂ ਸਿੱਧੀ ਯਾਦ ਕਰ ਲਓਗੇ ਜਿਹੜੀ ਸੀ ਦਾ ਉੜੀਸਾ ਤੇ ਹੁੰਦਾਗਾ ਸਾਤਰੀਆ ਸਾਤਰੀਆ ਕਿੱਥੇ ਹੁੰਦਾ ਅਸਾਮ ਦੇ ਵਿੱਚ ਹੁੰਦਾ 1 2 3 4 5 6 7 8 ਇਹ 8 ਡਾਂਸ ਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਰ ਕਰਕੇ ਦੇਖਣਿਆ ਕਰੀ ਠੀਕ ਹੈ ਕਥਕਲੀ ਵੀ ਕਰਕੇ ਯਾਦ ਕਰਨਾ ਤੇ ਕੱਚੀ ਪੂੜੀ ਵੀ ਪਹਿਲਾਂ ਡਾਂਸ ਕਰਦਾਂਗਾ ਫਿਰ ਯਾਦ ਕਰਨਾ ਤੇ ਸਾਰੇ ਡਾਂਸ ਪਹਿਲਾਂ ਤੁਸੀਂ ਆਪ ਦੇ ਆਪ ਕਰਨੇ ਆ ਠੀਕ ਹੈ ਕਮਰਾ ਬੰਦ ਕਰ ਲਿਓ ਤੇ ਸਾਰੇ ਹਿਲਾ ਲੈਣੇ ਗੀਤ ਤੇ ਗੀਤ ਵੀ ਆਪ ਸਾਰੇ ਡਾਂਸ ਕਰਕੇ ਫਿਰ ਯਾਦ ਕਰਨੇ ਆ ਠੀਕ ਹੈ ਇਹ ਮਜ਼ਾ ਕਰ ਰਹੇ ਕਿਤੇ ਕਰਨ ਦਾ ਬਹਿਜੋ ਠੀਕ ਹੈ ਮੂੰ ਯਾਦ ਕਰ ਲਿਓ ਚਲੋ ਜਦੋਂ ਪੇਪਰ ਕਲੀਅਰ ਹੋ ਗਿਆ ਮੁੜ ਕੇ ਸਾਰੇ ਡਾਂਸ ਕਰ ਲਿਓ ਠੀਕ ਹੈ ਮੁੜ ਕੇ ਤੁਸੀਂ ਕਰੋਗੇ ਡਾਂਸ ਸਾਰੇ ਜਦੋਂ ਪੇਪਰ ਕਲੀਅਰ ਹੋ ਗਿਆ ਤੇ ਇਸ ਤੋਂ ਬਾਅਦ ਚੱਲਦੇ ਆ ਅੱਗੇ ਆਪਣੇ ਮਹਾਤਮਾ ਗਾਂਧੀ ਜੀ ਦੇ ਪੋਲੀਟੀਕਲ ਗੁਰੂ ਕੌਣ ਸੀ ਮੋਤੀ لال 네ਰੂ ਲਾਲਾ ਹਰਦੇਵਾਲ ਗੋਪਾਲ ਕ੍ਰਿਸ਼ਨ ਗੋਖਲੇ ਚੰਦਰ ਬਨਰਜੀ ਬਹੁਤ 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 ਬੜੀ ਕਰਵਾਤਾ ਹਰੇਕ ਬੱਚੇ ਨੂੰ ਪਤਾ ਹੈਗਾ ਗੋਪਾਲ ਕ੍ਰਿਸ਼ਨ ਗੋਖਲੇ ਗਾਦੀ ਦੇ ਪੋਲੀਟਿਕਲ ਗੁਰੂ ਸੀ ਹੁਣ ਆਪਾਂ ਇੱਕ ਤੋਂ ਇੰਪੋਰਟੈਂਟ ਗੱਲਾਂ ਕਰਾਂਗੇ ਨਾਲ ਦੇਖੋ ਜਿਹੜਾ ਮੋਤੀ لال 네ਰੂ ਸੀ ਇਹਦਾ ਸਵਰਾਜ ਪਾਰਟੀ ਦੇ ਸੰਸਥਾਪਕ ਸਾਨੂੰ ਪਤਾ ਨਾ ਕਿ ਮੋਤੀ لال 네ਰੂ ਨੇ 1900 ਅ 33 ਦੇ ਵਿੱਚ ਅਧੀਆਂ ਬੁੱਕਸ ਤੇ 1922 ਲਿਖਿਆ ਹੋਊਗਾ ਭਾਈ ਅਧੀਆਂ 1923 ਦੋਨੇ ਸਹੀ ਹੈ ਸਵਰਾਜ ਪਾਰਟੀ ਸਥਾਪਨਾ ਕੀਤੀ ਸੀ ਸਵਰਾਜ ਪਾਰਟੀ ਸਥਾਪਨਾ ਕਿਉਂ ਕੀਤੀ ਤੁਹਾਨੂੰ ਪਤਾ ਨਾ ਇਹਨਾਂ 1920 ਦੇ ਵਿੱਚ ਗਾਂਧੀ ਜੀ ਨੇ ਨਾਨ ਕਾਰਪੋਰੇਸ਼ਨ ਮੂਵਮੈਂਟ ਚਲਾਈ ਸੀ ਨਾਮ ਮਿਲ ਵਰਤਨ ਉਤੋਲਨ ਤੇ ਇਹਨਾਂ ਨੇ ਕਿਹਾ ਸੀ ਕਿ ਆਪਾਂ 6 ਮਹੀਨਿਆਂ ਦੇ ਵਿੱਚ ਆਜ਼ਾਦੀ ਲੈ ਲਾਂਗੇ ਅੰਗਰੇਜ਼ਾਂ ਤੋਂ ਪਰ ਕਾਫੀ ਟਾਈਮ ਲੰਘ ਗਿਆ ਫਿਰ ਕੀ ਹੋਇਆ 1922 ਦੇ ਵਿੱਚ ਨਾ ਇੱਕ ਚੋਰੀ ਚੋਰਾ ਦਾ ਕਾਂਡ ਹੋ ਗਿਆ ਸੀ ਇਹ ਜੋ ਚੋਰੀ ਚੋਰਾ ਦਾ ਕਾਂਡ ਹੋਇਆ ਸੀ ਇਹਦੇ ਵਿੱਚ ਆਪਣੇ ਵਾਲਿਆਂ ਨੇ ਥਾਣੇ ਨੂੰ ਅੱਗ ਲਾਤੀ ਸੀ ਠੀਕ ਹੈ ਜੂਪੀ ਦੇ ਵਿੱਚ ਤੇ ਉਹਦੇ ਵਿੱਚ ਆਪਣੇ ਨੇ ਪ੍ਰਦਰਸ਼ਨ ਕਰੀ ਜਾਂਦੀ ਪਹਿਲਾਂ ਪੁਲਿਸ ਵਾਲਿਆਂ ਨੇ ਗੋਲੀ ਚਲਾਤੀ ਆਪਣੇ ਵਾਲਿਆਂ ਤੇ ਬਾਰ ਵਿੱਚ ਆਪਣੇ ਆਲੇ ਠਾੜੇ ਨੂੰ ਅਗਲਾਤੀ ਸੀ ਤਾਂ ਇਹਦੇ ਵਿੱਚ ਕਾਫੀ ਪੁਲਿਸ ਮਲਾਜੇ ਮਰ ਗਏ ਸੀ ਜਿਉਂਦੇ ਮਚਾਤੇ ਸੀ ਆਪਣੇ ਆਲੇ ਨੇ ਤੇ ਫਿਰ ਗਾਂਧੀ ਜੀ ਨੂੰ ਇਹ ਜੀ ਦਾ ਦੁੱਖ ਲੱਗਾ ਤਾਂ ਉਹਨਾਂ ਨੇ ਅੰਦੋਲਨ ਛੱਡਤਾ ਜਿਹੜਾ ਇਹ ਸੀ ਆਪਣਾ ਮੋਤੀ ਰਾਮ 네ਰੂ ਇਹ ਜਵਾਹਰ ਲਾਲ 네ਰੂ ਦਾ ਪਿਤਾ ਸੀ ਇਹ ਜਦ ਗਾਂਧੀ ਨੂੰ ਕਹਿੰਦਾ ਕਿ ਕਿਉਂ ਆ ਤੂੰ ਪਾਰਟੀ ਛੱਡੀ ਜਾਨਾ ਕਿ ਆਪਣਾ ਵਧੀਆ ਅੰਦੋਲਨ ਚੱਲੀ ਜਾਂਦਾ ਤੂੰ ਅੰਦੋਲਨ ਨਾ ਛੱਡ ਤੇ ਗਾਂਧੀ ਜੀ ਨੇ ਅੰਦੋਲਨ ਨਾ ਛੱਡਤਾ ਤੇ ਫਿਰ ਇਹਨੇ ਇੱਕ ਮੋਤੀ ਰਾਮ 네ਰੂ ਸੀ ਤੇ ਇੱਕ ਆਪਣਾ ਹੈਗਾ ਸੀ ਸੀ.ਆਰ. ਦਾਸ ਜਿਹੜਾ ਚਤਰੰਜਿਤ ਦਾਸ ਕਹਿੰਦੇ ਆ ਇਹਨਾਂ ਦੋਨਾਂ ਨੇ ਮਿਲ ਕੇ ਸੁਵਰਾਜ ਠੀਕ ਹੈ 1923 ਦੇ ਵਿੱਚ ਇਹ ਐਪਲੀਸ਼ਨ ਪੱਕਾ ਮਿਲਦਾ ਤੁਹਾਨੂੰ 1923 ਹੀ ਬਣਾਈ ਸੀ 1923 ਦੇ ਵਿੱਚ ਤੇ ਇੱਕ ਲਾਲਾ ਹਰਦਿਆਲ ਸੀ ਇਹ ਗਾਦਰ ਪਾਰਟੀ ਦੇ ਸੰਸਥਾਪਕ ਸੀ ਲਾਲਾ ਹਰਦਿਆਲ ਠੀਕ ਹੈ ਤੇ ਇਹਨਾਂ ਨੇ ਇਹ ਪਾਰਟੀ ਨੂੰ 1913 ਦੇ ਵਿੱਚ ਬਣਾਈ ਸੀ ਕਿੱਥੇ ਬਣਾਈ ਸੀ ਸਾਨ ਫ੍ਰਾਂਸਕੋ ਦੇ ਵਿੱਚ ਸਾਨ ਫ੍ਰਾਂਸਕੋ ਕਿੱਥੇ ਤੁਸੀਂ ਦੱਸਣਾ ਕੈਨੇਡਾ ਦੇ ਵਿੱਚ ਤਾਂ ਕਿ ਅਮਰੀਕਾ ਦੇ ਵਿੱਚ ਠੀਕ ਹੈ ਅਮਰੀਕਾ ਦੇ ਵਿੱਚ ਆ ਚਲੋ ਮੈਂ ਦੱਸ ਦਿੰਦਾ ਤੇ ਇਹ ਉਸੇ ਸੰਸਥਾਪਕ ਫਾਊਂਡਰ ਸੀ ਲਾਲਾ ਹਰਦਿਆਲ ਠੀਕ ਹੈ ਇਸ ਤੋਂ ਬਾਅਦ ਗਪਾਲ ਕ੍ਰਿਸ਼ਨ ਗੋਖਲੇ ਨਰਮਤੜੇ ਨਸਮਤੜੇ ਇਹ ਗਪਾਲ ਕ੍ਰਿਸ਼ਨ ਗੋਖਲੇ ਨੇ ਗਾਂਧੀ ਜੀ ਦੇ ਪੋਲਿਟਿਕਲ ਗੁਰੂ ਸੀ ਇਹ ਜਿਹੜਾ 1907 ਦੇ ਵਿੱਚ ਸੂਰਤ ਵਿਭਾਜਨ ਹੋਇਆ ਸੀ ਕਰਵਾ ਕੇ ਗਿਆ ਹੋਇਆ ਪਿਛਲੇ ਪੀਡੀਐਫ ਦੇ ਵਿੱਚ ਜਿਹੜਾ ਥਲੇ ਸਾਰੇ ਡਿਟੇਲ ਵੀ ਲਿਖੀ ਹੋਈ ਹੈ ਸੂਰਤ ਵਿਭਾਜਨ ਹੋਇਆ ਸੀ ਇਹ ਚ ਆਈਐਨਸੀ ਜਿਹੜੀ ਇੰਡੀਅਨ ਨੈਸ਼ਨਲ ਕੰਫਰੰਸ ਦੇ ਦੋ ਟੜੇ ਬੰਡੇਗੇ ਸੀ ਗਰਮਤੜਾ ਤੇ ਨਰਮਤੜਾ ਤੇ ਜਿਹੜਾ ਗਰਮਤੜਾ ਸੀ ਇਹਦੇ ਵਿੱਚ ਤਾਂਗੇ ਸੀ ਬਾਲ ਪਾੜ ਤੇ ਲਾਲ ਠੀਕ ਹੈ ਆਧਾਈ ਵਿਪਨ ਚੰਦਰਪਾਲ ਭਾਰਗੰਗਾ ਤੜਕਾ ਲਾਲਾ ਲਾਜਪਤਰਾਏ ਇਹ ਗਰਮ ਤੜੇ ਸਨ ਨਰਮ ਤੜੇ ਦੇ ਵਿੱਚ ਕਿਹੜੇ-ਕਿਹੜੇ ਆਗੇ ਸੀ ਆਪਣੇ ਗੋਪਾਲ ਕ੍ਰਿਸ਼ਨ ਕੋਖਲੇ ਇਹ ਗਰਮ ਤੜੇ ਨਾਲ ਸੰਬੰਧਿਤ ਨਰਮ ਤੜੇ ਨਾਲ ਸੰਬੰਧਿਤ ਸਨ ਠੀਕ ਹੈ ਇਸ ਤੋਂ ਬੜਾ ਮੌਨਿਟਮ ਕਿਸ ਸਟੇਟ ਦਾ ਤਿਹਾੜਾ ਹੈ ਇਹ ਸਾਨੂੰ ਕਰਵਾ ਕੇ ਗਿਆਵੇਂ ਹੁਣੇ ਆਪਿਆ ਮੌਨਿਟਮ ਕੇਰਲਾ ਸਟੇਟ ਦਾ ਤਿਹਾੜਾ ਹੈ ਠੀਕ ਹੈ ਕੇਰਲਾ ਦੇ ਦੋ ਤਿਹਾੜੇ ਮੈਨੂੰ ਯਾਦ ਕਰਨੇ ਆ ਆਪਿਆ ਇਹ ਨੰਬਰ ਆਪਸ਼ਨ ਕੇਰਲਾ ਕੱਚੀਪੂੜੀ ਕਿਸ ਸਟੇਟ ਨਾਲ ਸੰਬੰਧਿਤ ਹੈ ਕੇਰਲਾ ਕਰਨਾਟਕਾ ਤਮਿਲਨਾਡੂ ਕੇ ਅੰਦਰ ਆਪਦੇ ਦੱਸੋ ਕੱਚੀ ਪੂੜੀ ਹੁਣੀ ਕਰਕੇ ਗਏ ਆ ਸਾਰੇ ਡਾਂਸ ਡਾਂਸ ਕਰਵਾਉਣੇ ਪੂਰੇ ਡਾਂਸ ਕਰਵਾਉਣੇ ਜਦੋਂ ਨੂੰ ਮੈਂ ਠੀਕ ਹੈ ਦੱਸੋ ਜੀ ਕੱਚੀ ਪੂੜੀ ਕਿਸ ਸਟੇਟ ਨਾਲ ਸਬੰਧਤ ਹੈ ਤਾਂ ਕੱਚੀ ਪੂੜੀ ਹੈਗਾ ਆਪਣਾ ਆਂਧਰਾ ਪ੍ਰਦੇਸ਼ ਦੇ ਨਾਲ ਠੀਕ ਹੈ ਆਂਧਰਾ ਪ੍ਰਦੇਸ਼ ਨਾਲ ਸਬੰਧਤ ਹੈ ਇਹ ਨਾਚ ਹੈ ਜਿਹੜਾ ਕੱਚੀ ਪੂੜੀ ਨਾਟਕ ਨਾਚ ਮਹਾਰਾਸ਼ਟਰ ਨਾਲ ਸਬੰਧਤ ਹੈ ਇੱਕ ਗੱਲ ਯਾਦ ਰੱਖਣੀ ਹੈ ਕਿ ਦੋ ਨਾਚ ਬਹੁਤ ਪੁੱਛੇ ਜਾਂਦੇ ਪੇਪਰ ਦੇ ਵਿੱਚ ਇੱਕ ਤਾਂ ਪੁੱਛਿਆ ਜਾਂਦਾ ਨਾਟਕ ਇੱਕ ਪੁੱਛਿਆ ਜਾਂਦਾ ਨਟੰਕੀ ਇਹਦੇ ਵਿੱਚ ਬੱਚੇ ਉਲਟ ਛੋਟ ਲਾ ਜਾਂਦੇ ਜਿਹੜਾ ਨਾਟਕ ਦਾ ਲਾਏ ਹੁੰਦੇ ਉੱਤਰ ਪ੍ਰਦੇਸ਼ ਤੇ ਠੀਕ ਹੈ ਨਟੰਕੀ ਦਾ ਲਾਏ ਹੁੰਦੇ ਮਹਾਰਾਸ਼ਟਰ ਤਾਂ ਇੱਥੇ ਤੁਸੀਂ ਉਲਝਣਾ ਨਹੀਂ ਠੀਕ ਹੈ ਤੇ ਦੇਖੋ ਜਿਹੜਾ ਮਹਾਰਾਸ਼ਟਰ ਹੈ ਇਹਦੀ ਰਾਜਧਾਨੀ ਕਿਹੜੀ ਹੈ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ ਤੇ ਮੁੰਬਈ ਦੇ ਵਿੱਚ ਕਿੱਥੇ ਸਾਰੇ ਬਾਲੀਵੁੱਡ ਐਕਟਰ ਆ ਜਿਹੜੇ ਸਾਰੇ ਮੁੰਬਈ ਦੇ ਵਿੱਚ ਹੀ ਰਹਿੰਦੇ ਆ ਨਾ ਠੀਕ ਹੈ ਤਾਂ ਕਰਕੇ ਤੁਸੀਂ ਯਾਦ ਕਰ ਲਓ ਜਿਹੜੀ ਮੁੰਬਈ ਹੈ ਤਾਂ ਮੁੰਬਈ ਦੇ ਵਿੱਚ ਨਾਟਕ ਹੁੰਦੇ ਸਭ ਤੋਂ ਜ਼ਿਆਦਾ ਠੀਕ ਹੈ ਨਮ ਹਾਰਸ਼ਟਰਾ ਕਹਿੰਨਾਂ ਉਹਨਾਂ ਦਾ ਅਨਸਰ ਤਿੰਨ ਟੰਕੀ ਆ ਜਿਹੜਾ ਤਿਹਾਰਾ ਆ ਜਾਂ ਡਾਂਸ ਆ ਡਾਂਸ ਆ ਇਹ ਇਹ ਮਨਾਇਆ ਜਾਂਦਾ ਪਨ ਉੱਤਰ ਪ੍ਰਦੇਸ਼ ਦੇ ਵਿੱਚ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਇਹ ਉੱਤਰ ਪ੍ਰਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਮੈਂ ਠੀਕ ਕਰ ਤੂੰ ਉਹਦੇ ਚ ਸਾਡੇ ਭਾਰਤ ਦੇ ਵਿੱਚ ਕੋਲ ਕਿੰਨੇ ਹਾਈ ਕੋਰਟ ਹਨ 5 ਐ 15 ਐ 25 ਐ 28 ਐ ਚੰਗਿਆ ਭਾਈ ਆਪਣੇ ਭਾਰਤ ਦੇ ਵਿੱਚ ਕੋਲ ਹਾਈ ਕੋਰਟ ਦੱਸੋ ਜੀ ਤਾਂ ਆਪਣੇ ਭਾਰਤ ਦੇ ਵਿੱਚ 25 ਹਾਈ ਕੋਰਟ ਸਭ ਤੋਂ ਲੇਟੈਸਟ ਜਾਂ ਜਿਹੜਾ ਸਭ ਤੋਂ ਨਵਾਂ ਬਣਿਆ ਉਹ ਹੈਗਾ ਆਪਣਾ ਅਮਰਾਵਤੀ ਹੁਣ ਛੋਡੇ ਜੋ ਕੋਈ ਵੀ ਨੂੰ ਬੰਦਾ ਦੱਸ ਸਕਦਾ ਕਿ ਅਮਰਾਵਤੀ ਹੈ ਜਿਹੜਾ ਲੇਟੈਸਟ ਹੈ ਨਾ ਬਣਾਉਣ ਦੀ ਲੋੜ ਕਿਉਂ ਪਈ ਹੈ ਦੱਸੋ ਜੀ ਕਿਉਂ ਲੋੜ ਪਈ ਹੈ ਬਣਾਉਣ ਦੀ ਨਹੀਂ ਮੈਂ ਦੱਸੂ ਇਹ ਬਣਾਉਣ ਦੀ ਤਾਂ ਲੋੜ ਪਈ ਹੈ ਦੇਖੋ ਜਿਹੜਾ ਆਪਣਾ ਇਹ ਨਾ ਆਂਧਰਾ ਪ੍ਰਦੇਸ਼ ਦੀ ਹੁੰਦੀ ਸੀ ਪਹਿਲਾਂ ਆਂਧਰਾ ਪ੍ਰਦੇਸ਼ ਦਾ ਕੋਟ ਹੁੰਦਾ ਸੀ ਅਮਰਾਵਤੀ ਕੋਟ ਬਾਅਦ ਸਾਨੂੰ ਪਤਾ ਹੀ ਕਿ ਆਂਧਰਾ ਪ੍ਰਦੇਸ਼ ਤੋਂ ਤਲੰਗਣਾ ਸਟੇਟ ਨੂੰ ਅਲੱਗ ਕਰਤਾ ਸੀ ਠੀਕ ਹੈ 2014 ਦੇ ਵਿੱਚ ਕੀਤਾ ਸੀ ਤੇ ਇਹ ਜੀ ਤਲੰਗਣਾ ਸਟੇਟ ਸੀ ਅਮਰਾਵਤੀ ਦੇ ਇਹਦੇ ਵਿੱਚ ਆ ਗਿਆ ਅਮਰਾਵਤੀ ਨਾਲ ਹੀ ਹੱਕ ਚ ਆ ਗਿਆ ਤਲੰਗਣਾ ਵਾਲੇ ਦੇ ਵਿੱਚ ਵਾ ਗਿਆ ਹੁਣ ਜਿਹੜਾ ਆਂਧਰਾ ਪ੍ਰਦੇਸ਼ ਸੀ ਬੜੇ ਇਹਨਾਂ ਨੂੰ ਆਪ ਦੀ ਕੋਈ ਹਾਈ ਕੋਰਟ ਤਾਂ ਚਾਹੀਦੀ ਸੀ ਠੀਕ ਹੈ ਤੇ ਫਿਰ ਇਹਨਾਂ ਨੇ ਜਿਹੜੀ ਨਵੀਂ ਹਾਈ ਕੋਰਟ ਬਣਾਲੀ ਨਾ ਸੱਚ ਅਮਰਾਵਤੀ ਦੇ ਇਹਨਾਂ ਨੇ ਬਣਾਈ ਆ ਹਾਈ ਕੋਰਟ ਨੇ ਲੈ ਲਈ ਆਂਧਰਾ ਪ੍ਰਦੇਸ਼ ਨੇ ਬਣਾਈ ਇਹ ਅਮਰਾ ਜਿਹੜੀ ਇਹਨਾਂ ਦੀ ਪਹਿਲਾਂ ਦੀ ਹਾਈ ਕੋਰਟ ਸੀ ਆਂਧਰਾ ਪ੍ਰਦੇਸ਼ ਦੀ ਉਹ ਤਾਂ ਤਲੰਗਣਾ ਦੇ ਵਿੱਚ ਚਲੀ ਗਈ ਸੀ ਠੀਕ ਹੈ ਉਹ ਤਲੰਗਣਾ ਦੇ ਨਾਲ ਵਾ ਗਈ ਸੀ ਤੇ ਫਿਰ ਇਹਨਾਂ ਨੇ ਆਮਰਾਵਤੀ ਆਵਦੀ ਲੇਟੈਸਟ ਬਣਾ ਲਈ ਆਂਧਰਾ ਪ੍ਰਦੇਸ਼ ਨੇ ਠੀਕ ਹੈ ਆਰੇ ਤੋਂ ਆਂਧਰਾ ਆਰੇ ਤੋਂ ਆਮਰਾਵਤੀ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਤੇ ਕੋਲਾ ਆਪਣੇ ਕਿੰਨੇ ਆ 25 ਹਾਈ ਕੋਟਾ ਲੇਟੈਸਟ ਜਿਹੜਾ ਹੈਗਾ ਆਪਣਾ ਇਹ ਹੀ ਆ ਦੇਖੋ ਲਿਖਿਆ ਹੋਇਆ ਚਲੋ ਸਾਰੀ ਡਿਟੇਲ ਸਭ ਤੋਂ ਨਵਾਂ ਅਮਰਾਵਤੀ ਹਾਈ ਕੋਰਟ ਹੈ ਇਸ ਨੂੰ ਬਣਾਉਣ ਦੀ ਲੋੜ ਇਸ ਲਈ ਪਈ ਸੀ ਕਿ ਆਂਧਰਾ ਪ੍ਰਦੇਸ਼ ਤੋਂ ਤਲੰਗਣਾ ਨੂੰ ਅਲੱਗ ਕਰ ਦਿੱਤਾ ਸੀ ਤੇ ਜਿਹੜਾ ਕਿ ਤਲੰਗਣਾ ਦੇ ਪਹਿਲਾ ਜਿਹੜਾ ਆਂਧਰਾ ਪ੍ਰਦੇਸ਼ ਦਾ ਪੁਰਾਣਾ ਹਾਈ ਕੋਰਟ ਹੁੰਦਾ ਸੀ ਉਹ ਤਲੰਗਣਾ ਦੇ ਹਿੱਸੇ ਵਾ ਗਿਆ ਸੀ ਠੀਕ ਹੈ ਤੇ ਫਿਰ ਆਂਧਰਾ ਪ੍ਰਦੇਸ਼ ਨੂੰ ਨਵਾਂ ਬਣਾਉਣ ਦੀ ਲੋੜ ਹੀ ਪਈ ਸੀ ਪਰ ਇਹਨਾਂ ਲੇਟੈਸਟ ਆ ਉਹ ਤਾਂ ਅਮਰਾਵਤੀ ਬਣਾ ਲਿਆ ਤੇ ਕਮਿਸ਼ਨ ਪੇਪਰ ਵਿੱਚ ਹੋਰ ਪੁੱਛਿਆ ਜਾਂਦਾ ਕਿ ਸਭ ਤੋਂ ਵੱਡਾ ਹਾਈ ਕੋਰਟ ਕਿਹੜਾ ਹੈ ਜਿੱਥੇ ਸਭ ਤੋਂ ਜ਼ਿਆਦਾ ਜੱਜ ਬੰਦੇ ਹੋ ਹਾਈ ਕੋਰਟ ਕਿਹੜਾ ਹੈਗਾ ਉਹ ਹਾਈ ਕੋਰਟ ਹੈਗਾ ਅਲਾਹਾਬਾਦ ਇਹ ਮੈਂ ਲਿਖਣਾ ਭੁੱਲ ਗਿਆ ਪੈਸੇ ਲਿਖ ਦੂੰ ਲਖਾਵਾ ਠੀਕ ਹੈ ਸੰਵਿਧਾਨ ਸਵਾਦਾ ਆਸਥਾਈ ਪ੍ਰਧਾਨ ਕਿਸ ਨੂੰ ਕਿਹਾ ਜਾਂਦਾ ਆਸਥਾਈ ਦਾ ਮਤਲਬ ਹੁੰਦਾ ਟੈਂਪਰੇਰੀ ਟੈਂਪਰੇਰੀ ਪ੍ਰੈਜ਼ੀਡੈਂਟ ਕਿਸ ਨੂੰ ਕਿਹਾ ਜਾਂਦਾ ਜੀ ਵੀ ਮਵਲਕਰ ਰਜਿੰਦਰ ਪ੍ਰਸਾਦ ਬੀ ਆਰ ਅਮੇਰਿਕਾ ਸਚੀਦਾਨੰਦ ਇਹਦਾ ਜਦੋਂ ਸੰਵਿਧਾਨ ਸਭਾ ਬਣੀ ਸੀ ਆਪਣੀ ਠੀਕ ਹੈ 1946 ਦੇ ਵਿੱਚ ਤਾਂ ਉਦੋਂ ਕੀ ਕੀਤਾ ਸੀ ਸਾਰਿਆਂ ਨੇ ਆਪਣਾ ਨੇ ਮੀਟਿੰਗ ਬੁਲਾਈ ਸੀ ਇੱਕ ਮੀਟਿੰਗ ਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਭਾਈ ਅਸੀਂ ਪ੍ਰਧਾਨ ਲਾਉਣਾਗਾ ਉੱਥੇ ਲੜਪੇ ਉਹ ਕਹਿੰਦਾ ਮੈਂ ਪ੍ਰਧਾਨ ਬਣਾਉਣਾਗਾ ਮੈਂ ਪ੍ਰਧਾਨ ਬਣਾਉਣਾਂ ਲੜਪੇ ਆਸ ਦੇ ਵਿੱਚ ਡਾਂਗੂ ਡਾਂਗੀ ਪਈ ਇਹ ਸਾਰੇ ਛेत्रੋ ਛਤਰੀ ਤੇ ਫਿਰ ਉਹਨਾਂ ਦੇ ਵਿੱਚ ਇੱਕ ਬੰਦਾ ਕਹਿੰਦਾ ਜੇ ਰਾਏ ਕਰਦਾ ਜਿਹੜਾ ਆਪਣੀ ਸਭ ਤੋਂ ਵੱਡੀ ਉਮਰ ਦਾ ਬੰਦਾ ਹੈਗਾ ਉਹਨੂੰ ਆਪਾਂ ਕਿੰਨਾ ਪ੍ਰਧਾਨ ਬਣਾ ਦਿੰਦੇ ਨੇ ਬਾਅਦ ਵਿੱਚ ਦੇਖੀ ਜਾਊਗਾ ਕੀ ਬੰਦਾ ਤਾਂ ਫਿਰ 9 ਦਸੰਬਰ ਨੂੰ ਠੀਕ ਹੈ 9 ਦਸੰਬਰ ਨੂੰ ਜਿਹੜਾ ਸੱਚੀ ਦੰਦਾਂ ਦਾ ਸੀ ਨਾ ਸੀ ਸਭ ਤੋਂ ਵੱਡੀ ਉਮਰ ਦਾ ਸੀ ਤੇ ਇਹਨੂੰ ਇਹਨਾਂ ਨੇ ਕੀ ਬਣਾਤਾ ਟੈਂਪਰੇਰੀ ਜਾਂ ਆਸਥਾਈ ਤੌਰ ਤੇ ਪ੍ਰਧਾਨ ਨਾਤਾ ਇਸ ਤੋਂ ਬਾਅਦ 11 ਦਸੰਬਰ ਨੂੰ ਇਹਨਾਂ ਨੇ ਪੱਕਾ ਪ੍ਰਧਾਨ ਲਾਇਆ ਤਾਂ ਉਹਦਾ ਤੇ ਪੱਕਾ ਪ੍ਰਧਾਨ ਕਿਹਨੂੰ ਲਾਇਆ ਸੀ ਇਹਨਾਂ ਨੇ ਪੱਕਾ ਪ੍ਰਧਾਨ ਲਾਇਆ ਸੀ ਇਹਨਾਂ ਨੇ ਡਾਕਟਰ ਅਚੇਂਦਰ ਪ੍ਰਸਾਦ ਜੀ ਨੂੰ ਠੀਕ ਹੈ ਆਪਏ ਡਾਕਟਰ ਜਿੰਦਰ ਪ੍ਰਸਾਦ ਇਹ ਪੱਕੇ ਸੀ ਤੇ ਸਚੀਦਾਨੰਦ ਦੇ ਕੱਚੇ ਸੀ ਓਕੇ ਜੀ ਆ ਲਿਖਿਆ ਹੋਇਆ ਇਸ ਤੋਂ ਬਾਅਦ ਡਾਕਟਰ ਜਿੰਦਰ ਪ੍ਰਸਾਦ ਨੂੰ ਪੱਕਾ ਪ੍ਰਧਾਨ ਬਣਾ ਦਿੱਤਾ ਗਿਆ 13 ਦਸੰਬਰ ਵਾਲੇ ਦਿਨ ਠੀਕ ਹੈ ਇਹ ਪ੍ਰਸ਼ਨ ਨੂੰ ਕੱਲ ਕਰਵਾਓ ਪਿਛਲੀ ਉਹਦੀ ਪੀਡੀਐਫ ਚ ਕਰਵਾ ਕੇ ਗਿਆ ਸੀ ਇਹਨਾਂ ਵਿੱਚੋਂ ਮਿਨੀ ਕਨਸਟੀਟਿਊਸ਼ਨ ਕਿਸ ਸੋਸੋਧਨ ਨੂੰ ਕਿਹਾ ਜਾਂਦਾ ਸੋਸੋਧਨ ਦਾ ਮਤਲਬ ਹੁੰਦਾ ਬੱਚਿਓ ਜਿਹੜੇ ਬੱਚੇ ਇੰਗਲਿਸ਼ ਆਈ ਸੰਬੰਧਿਤ ਹੈ ਐਮੈਂਡਮੈਂਟ ਜਿਹੜੇ ਬੱਚੇ ਇੰਗਲਿਸ਼ ਮੀਡੀਆ ਵਾਲੇ ਉਹ ਵੀ ਕਰ ਸਕਦੇ ਹੋ ਕੋਈ ਗੱਲ ਜਿਹੜੇ ਪ੍ਰਸ਼ਨ ਜਿਹੜੀ ਮਤਲਬ ਤੁਹਾਨੂੰ ਲੱਗਦਾ ਕਿ ਮੈਨੂੰ ਜਿਹੜੀ ਡਵਾਡ ਦੇ ਵਿੱਚ ਤੁਸੀਂ ਉਲਝਦੇ ਹੋ ਇੰਗਲਿਸ਼ ਦੇ ਵਿੱਚ ਦੱਸ ਦੇਣਾ ਹੁੰਦਾ ਤੁਹਾਨੂੰ ਠੀਕ ਹੈ ਕਰ ਸਕਦੇ ਹੋ ਕੋਈ ਚੱਕਰ ਦੀ ਗੱਲ ਨਹੀਂ ਜੀ ਐਫਸੀ ਦਾ ਪੇਪਰ ਦੇਣਾ ਤਾਂ 36ਵਾਂ ਐਮੈਂਡਮੈਂਟ 42ਵਾਂ ਐਮੈਂਡਮੈਂਟ 61ਵਾਂ ਤੇ 65 ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ 42ਵੇਂ ਐਮੈਂਡਮੈਂਟ ਨੂੰ ਤੇ 42ਵਾਂ ਐਮੈਂਡਮੈਂਟ ਹੋਇਆ ਕਿਦੋਂ ਸੀ 1976 ਨੂੰ 42ਵੇਂ ਐਮੈਂਡਮੈਂਟ ਨੂੰ ਨਿਸ਼ਚਿਤ ਤੌਰ ਤੇ ਇੱਕ ਬ੍ਰਿਚ ਦੇ ਇਹ ਬਣ ਗਿਆ ਤੇ ਇੱਕ ਬ੍ਰਿਚ ਨੇ ਹੀ ਪੁੱਛਿਆ ਕਿ 42ਵਾਂ ਐਮੈਂਡਮੈਂਟ ਕਦੋਂ ਹੋਇਆ ਸੀ 1976 ਦੇ ਵਿੱਚ ਮਿਨੀ ਕਨਸਟੀਟਿਊਸ਼ਨ ਕਿਉਂ ਕਿਹਾ ਜਾਂਦਾ ਕਿਉਂਕਿ ਇਦੋਂ ਕਿਉਂ 42ਵਾਂ ਐਮੈਂਡਮੈਂਟ ਹੋਇਆ ਸਿਰ ਉਹ ਇੰਨੇ ਸੋਸ਼ੋਧਨ ਹੋਏ ਸੀ ਆਪਣੇ ਆਰਟੀਕਲਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ੋਧਨ ਹੋਏ ਸੀ ਵੱਡੇ ਪੱਧਰ ਤੇ ਤਾਂ ਕਰਕੇ ਇੱਕ ਆਪ ਦੇ ਆਪ ਜੀ ਇੱਕ ਸੰਵਿਧਾਨ ਬਣ ਗਿਆ ਤਾਂ ਕਰਕੇ ਇਹਨੂੰ ਮਿਨੀ ਕਨਸਟੀਟਿਊਸ਼ਨ ਦਾ ਨਾਮ ਦੇਣ ਲੱ ਬੇਸਿਕੂ ਦਿਮਾਗ ਨਹੀਂ ਖਰਾਬ ਸੀ ਤਾਂ ਇਹਨੂੰ ਮਿੰਨੀ ਕੋਈ ਕੁਝ ਵਿੱਚ ਕਿਹਾ ਤਾਂ ਹੀ ਕਹਿਣ ਦਾ ਕਾਰਨ ਸੀ ਕਿ ਬਾਅਦ ਸੋਧਨ ਹੋ ਗਈ ਸੀ ਠੀਕ ਹੈ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਲੋਧੀ ਵੰਸ਼ ਦੀ ਨੀਂਹ ਕਿ ਨਹੀਂ ਰੱਖੀ ਸੀ ਭਾਈ ਬਹਿਲੋਲ ਲੋਧੀ ਇਕਬਦਰ ਲੋਧੀ ਇਬਰਾਹਿਮ ਲੋਧੀ ਸ਼ਾਹ ਲੋਧੀ ਤਾਂ ਜਿਹੜਾ ਬਹਿਲੋਲ ਲੋਧੀ ਹੈ ਇਹਨੇ ਲੋਧੀ ਵੰਸ਼ ਦੀ ਨੀਂਹ ਰੱਖੀ ਸੀ ਠੀਕ ਹੈ ਤੰਗੀ ਰਾਜੇ ਹੋਇਆ ਲੋਧੀ ਵੰਸ਼ ਦੇ ਕੋਈ ਬਾੜੇ ਨਹੀਂ ਹੋਏ ਠੀਕ ਹੈ ਦਿੱਲੀ ਸਲਤਨਤ ਦੇ ਅਧੀਨ ਰਕਬ ਜਾਰ ਹੈ ਲੋਧੀ ਵੰਸ਼ ਦਾ ਤੇ ਨਹੀਂ ਸੰਸਥਾਪਕ ਹੋਇਆ ਸਭ ਤੋਂ ਪਹਿਲਾਂ ਬਹਿਲੋਲ ਲੋਧੀ ਸੀ ਲੈਣ ਹੋਲੀ ਯਾਦ ਕਰ ਲੋ ਤੋ ਗ੍ਰਿਸ਼ਕੰਦਰ ਲੋਦੀ ਆ ਗਿਆ ਤੇ ਦੂਜੇ ਤੇ ਤੇ ਤੀਜੇ ਨੰਬਰ ਤੇ ਇਬਰਾਹਿਮ ਲੋਦੀ ਆ ਗਿਆ ਇਬਰਾਹਿਮ ਲੋਦੀ ਆਪਣਾ ਆਖਰੀ ਸ਼ਾਸਕ ਸੀ ਠੀਕ ਹੈ ਤੇ ਜਿਹਨੂੰ 1526 ਦੀ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੋਈ ਸੀ ਉਹਦੇ ਵਿੱਚ ਬਾਬਰ ਨੇ ਇਹਨਾਂ ਨੂੰ ਮਾਰਤਾ ਸੀ ਇਬਰਾਹਿਮ ਲੋਦੀ ਨੂੰ ਠੀਕ ਹੈ ਤੇ ਦਿੱਲੀ ਸਲਤਨਤ ਦਾ ਆਖਰੀ ਸ਼ਾਸਕ ਵੀ ਆਪਾਂ ਇਬਰਾਹਿਮ ਲੋਦੀ ਨੂੰ ਕਹਾਂਗੇ ਠੀਕ ਹੈ ਬੰਨੇ ਅਗੇ ਨਹੀਂ ਸੀ ਵੰਸ਼ ਬਹਿਲੋਲ ਲੋਦੀ ਨੇ ਆ ਦੇਖੋ ਇਬਰਾਹਿਮ ਲੋਧੀ ਸੀ ਜੋ ਇਹ ਲੋਧੀ ਵੰਸ਼ ਦਾ ਆਖਰੀ ਸ਼ਾਸਕ ਸੀ ਦਸਤਨ ਇਬਰਾਹਿਮ ਲੋਧੀ ਠੀਕ ਹੈ ਦਿੱਲੀ ਸਲਤਨਤ ਦਾ ਆਖਰੀ ਸ਼ਾਸਕ ਵੀ ਇਸ ਨੂੰ ਕਿਹਾ ਜਾਂਦਾ ਹੈ ਇਹ ਪਾਣੀਪਤ ਦੀ 1526 ਦੇ ਵਿੱਚ ਬਾਬਰ ਦੇ ਉੱਥੋਂ ਮਾਰਿਆ ਗਿਆ ਸੀ ਓਕੇ ਹੁਣ ਆ ਟੇਬਲ ਤੇ ਧਿਆਨ ਨਾਲ ਦੇਖਣਾ ਸਾਰੇ ਬੱਚਿਆਂ ਨੇ ਧਿਆਨ ਨਾਲ ਇਹ ਤੁਹਾਨੂੰ ਬਹੁਤ ਚੀਜ਼ਾਂ ਕਵਰ ਕਰਵਾਊਗਾ ਇਹ ਟੇਬਲ ਲੋਧੀ ਦਾ ਐਸ਼ਤੀਵਾਦ ਦਾ ਫਾਸਟ ਡੈਂਸਿਟੀਵਾਦ ਦਾ ਲਾਸਟ ਡੈਂਸਿਟੀ ਦਾ ਰੂਲ ਆਫ ਦਿੱਲੀ ਸਲਤਨਤ ਇਹ ਕਿਹਨੇ ਲੋਧੀ ਦਾਸ਼ਤੀ ਸੀ ਇਹ ਦਿੱਲੀ ਸਲਤਨਤ ਤੇ ਰਾਜ ਕਰਨ ਵਾਲੀ ਆਖਰੀ ਆਖਰੀ ਦਾਸ਼ਤੀ ਸੀ ਠੀਕ ਹੈ ਸਤੋਂ ਪਹਿਲੇ ਰਿਪੀਟਿਸ਼ਨ ਆ ਪੁੱਛਿਆ ਜ਼ਿਆਦਾ ਕਿ ਲੋਧੀ ਵੰਸ਼ ਸਭ ਤੋਂ ਐਂਡ ਤੱਕ ਇਹਨੇ ਰਾਜ ਕੀਤਾ ਤਾਂ ਐਂਡ ਤੇ ਕਿਹਨੇ ਰਾਜ ਕੀਤਾ ਸੀ ਲੋਧੀ ਵੰਸ਼ ਨੇ ਕੀਤਾ ਸੀ ਇਸ ਤੋਂ ਬਾਅਦ ਇਹ ਮੁਗਲ ਸ਼ਾਸਕ ਆ ਗਏ ਸੀ ਠੀਕ ਹੈ ਇਸ ਤੋਂ ਬਾਅਦ ਜਿਹੜੀ ਇਹਦਾ ਦਾਸ਼ਤੀ ਸੀ ਫਾਊਂਡਡ ਕੌਣ ਸੀਦਾ ਬਹਿਲੋਲ ਲੋਧੀ ਕਰਵਾ ਕੇ ਇਹਨਾਂ ਬਹਿਲੋਲ ਲੋਧੀ ਦਾ ਫਾਊਂਡਰ ਸੀ ਕਿਦੋਂ ਨੇ ਨਹੀਂ ਰੱਖੀ ਸੀ ਲੋਧੀ ਵੰਸ਼ ਦੀ 1451 ਦੇ ਵਿੱਚ ਨਹੀਂ ਰੱਖੀ ਤੇ 1526 ਤੱਕ ਚੱਲਿਆ ਸ਼ਾਸਕ ਠੀਕ ਹੈ 1526 ਤੋਂ ਲੈ ਕੇ 1451 ਤੋਂ ਲੈ ਕੇ 1526 ਤੱਕ ਲੋਧੀ ਵਾਂਚ ਨੇ ਰਾਜ ਕੀਤਾ ਦਿੱਲੀ ਤੇ ਠੀਕ ਹੈ ਪਹਿਲਾਂ ਅਸ਼ਕੰਦਰ ਬਹਿਲੋ ਲੋਧੀ ਨੇ ਕੀਤਾ ਫੇ ਅਸ਼ਕੰਦਰ ਲੋਧੀ ਨੇ ਕੀਤਾ ਫਿਰ ਇਬਰਾਹਿਮ ਲੋਧੀ ਨੇ ਕੀਤਾ ਇਸ ਤੋਂ ਬਾਅਦ ਦਾ ਲਾਸਟ ਰੂਲਰ ਆਫ ਦਿਸ ਡੈਸਟੀ ਜਿਹੜੀ ਇਹ ਆਪਣੀ ਲੋਧੀ ਡੈਸਟੀ ਸੀ ਇਹਦਾ ਲਾਸਟ ਰੂਲਰ ਕੌਣ ਸੀ ਇਬਰਾਹਿਮ ਲੋਧੀ ਇਵਰਾਉ ਲੋਦੀ ਵਾਲੀ ਡਿਫੀਟ ਡਿਫੀਟ ਕਿਹਦੇ ਦੁਆਰਾ ਖੜਾਇਆ ਗਿਆ ਸੀ ਇਹਨੂੰ ਮਾਰਿਆ ਗਿਆ ਸੀ ਤਾਂ ਇਹ ਮਾਰਿਆ ਗਿਆ ਸੀ ਜਿਹੜਾ ਹਰਾਇਆ ਗਿਆ ਸੀ ਬਾਬਰ ਦੁਆਰਾ ਕਿਹੜੀ ਜੰਗ ਦੇ ਵਿੱਚ ਪਾਣੀਪਤ ਦੀ ਪਹਿਲੀ ਜੰਗ ਦੇ ਵਿੱਚ ਕਿਦੋਂ ਮਾਰਿਆ ਗਿਆ ਸੀ 20 ਅਪ੍ਰੈਲ 1526 ਠੀਕ ਹੈ 20 ਅਪ੍ਰੈਲ ਵੀ ਨਾ ਯਾਦ ਕਰਨੀ ਹੈ ਕਿਹੜੇ ਕਿਹੜੇ ਰੂਲਰ ਸੀ ਉਹ ਦੱਸ ਦੇਣਾ ਤਿੰਨ ਰੂਲਰ ਹੀ ਮੇਨ ਹੋਏ ਆ ਠੀਕ ਹੈ ਬਹਿਲੋਲੋਦੀ ਜਿਹੜਾ ਫਾਊਂਡਰ ਸੀ ਜਿਹੜਾ ਸ਼ਿਕੰਦਰ ਲੋਦੀ ਨੇ ਇਹਨੇ ਆਗਰਾ ਸ਼ਹਿਰ ਇਸਨੇ ਬਸਾਇਆ ਸੀ ਠੀਕ ਹੈ ਆਗਰਾ ਸਿਕੰਦਰ ਲੋਧੀ ਵੀ ਪਛਾਇਆ ਸੀ ਠੀਕ ਹੈ ਤੇ ਲੁਧਿਆਣਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਲੁਧਿਆਣਾ ਵੀ ਹੈਗਾ ਉਹ ਵੀ ਇਹਦੇ ਦੁਆਰਾ ਪਛਾਇਆ ਗਿਆ ਸਿਕੰਦਰ ਲੋਧੀ ਦੁਆਰਾ ਤੇ ਇਬਰਾਹਿਮ ਲੋਧੀ ਹੁਣ 10 ਸੀ ਜਿਹੜੇ ਆਖਰੀ ਸ਼ਾਸਕ ਸੀ ਇਬਰਾਹਿਮ ਲੋਧੀ ਠੀਕ ਹੈ ਤੇ ਇਹਨਾਂ ਦਾ ਕੰਮ ਨਿਪਟੜ ਗਿਆ ਤੇ 10 ਤਾਂ ਸਾਨੂੰ ਕਿਹਨੇ ਮਾਰਿਆ ਸੀ ਕਿਹਨੇ ਹਰਾਇਆ ਸੀ ਠੀਕ ਕਿਦੋਂ ਤੱਕ ਰਾਜ ਰਿਹਾ ਇਹਨਾਂ ਦਾ ਤੇ ਦਿੱਲੀ ਸਲਤਨਤ ਦਾ ਰਾਜ ਕਰਨ ਵਾਲੀ ਆਖਰੀ ਡੈਂਸਟੀ ਵੀ ਇਹ ਹੀ ਸੀ ਹੁਣ ਆ ਗਿਆ ਆਪਣਾ ਆਖਰੀ ਪ੍ਰਸ਼ਨ ਭਾਰਤ ਦਾ ਸਭ ਤੋਂ ਵੱਡਾ ਕਿਲਾ ਕਿਹੜਾ ਹੈ ਖੰਬਲਗੜ੍ਹ ਫੋਟ ਸਾਨੀਵਾਰ ਵੜਾ ਚਿਤੌੜਗੜ੍ਹ ਕਲਨਾਰ ਤਾਂ ਚਿਤੌੜਗੜ੍ਹ ਦਾ ਕਿਲਾ ਜਿਹੜਾ ਇਹ ਆਪਣਾ ਸਭ ਤੋਂ ਵੱਡਾ ਕਿਲਾ ਹੈਗਾ ਠੀਕ ਹੈ ਦਿਖਾਉਣਾ ਤੁਹਾਨੂੰ ਬਹੁਤ ਸੋਹਣਾ ਕਿਲਾ ਹੈਗਾ ਆ ਆਪਣਾ ਚਿਤੌੜਗੜ੍ਹ ਦਾ ਕਿਲਾ ਹੈਗਾ ਕਿ ਨਹੀਂ ਪੂਰਾ ਸੋਹਣਾ ਠੀਕ ਹੈ ਘੁੰਮਣੇ ਫਿਰਨ ਵਾਲੀ ਜਗ੍ਹਾ ਹੈਗੀ ਇਹ ਤੇ ਬਹੁਤ ਬੜੀਏ ਲੋਕ ਇੱਥੋਂ ਦੇਖਣ ਆਉਂਦੇ ਦੂਰੋਂ ਦੂਦੋਂ ਮੇਰੀ ਵੀ ਸਲਾਹ ਹੈ ਕਿ ਮੈਂ ਵੀ ਦੇਖ ਕੇ ਆਉਂਗਾ ਠੀਕ ਹੈ ਤੇ ਕੋਈ ਗੱਲ ਨਹੀਂ ਤੁਸੀਂ ਐਫਸੀ ਦਾ ਪੇਪਰ ਦਿਓ ਯਾਰ ਜਿਹੜੇ ਜਿਹੜੇ ਬੱਚੇ ਐਫਸੀ ਦਾ ਪੇਪਰ ਕਲੀਅਰ ਕਰਨਗੇ ਠੀਕ ਹੈ ਉਹਨਾਂ ਨਾਲ ਮੈਂ ਟੂਰ ਕੱਢ ਕੇ ਆਉਂਗਾ ਪੱਕਾ ਵਾਦਾ ਰਿਹਾ ਤੁਹਾਡੇ ਨਾਲ ਆਪਣਾ ਮੁੱਕਰਦੇ ਨਹੀਂ ਜਿਹੜੇ ਬੱਚੇ ਐਫਸੀ ਦਾ ਪੇਪਰ ਕਲੀਅਰ ਕਰਨਗੇ ਠੀਕ ਹੈ ਤੇ ਆਪਾਂ ਟੂਰ ਕੱਢ ਕੇ ਆਵਾਂਗੇ ਪੂਰਾ ਵਧੀਆ ਠੀਕ ਹੈ 2 3 3 4 ਦਿਨਾਂ ਦਾ ਬਾਹਲਾ ਨਹੀਂ 3 4 ਦਿਨਾਂ ਦਾ ਟੂਰ ਪੱਕਾ ਜਿੰਨੇ ਬੱਚੇ ਵੀ ਐਫਸੀ ਦਾ ਪੇਪਰ ਕਲੀਅਰ ਕਰਨਗੇ ਠੀਕ ਹੈ ਤਾਂ ਕਰਕੇ ਖੁਸ਼ੀ-ਖੁਸ਼ੀ ਸਾਰੇ ਸਟੂਡੈਂਟ ਐਫਸੀ ਦਾ ਪੇਪਰ ਕਲੀਅਰ ਕਰਿਓ ਤੇ ਫੇਰ ਆਪਾਂ ਕੰਪਰੇਸਨ ਚੱਲਾਂਗੇ ਯਾਰ ਸਾਰੇ ਇਕੱਠੇ ਹੋ ਕੇ ਠੀਕ ਹੈ ਤੇ ਪੱਕਾ ਚੱਲਾਂਗੇ ਯਾਰ ਵਾਦਾ ਰਿ ਠੀਕ ਹੈ ਤੇ ਜੁਮੇ ਪਾਸ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਪੜਨਾ ਤੁਸੀਂ ਠੀਕ ਹੈ ਰਲ ਮਿਲ ਕੇ ਆਪਾਂ ਕੁਛ ਨਾ ਕੁਛ ਲੈ ਕੇ ਨਿਪਟਾਂਗੇ ਆਈ ਨਹੀਂ ਜਾਂਦੇ ਆਪਾਂ ਕੱਚੇ ਹੱਥੀ ਠੀਕ ਹੈ ਤੇ ਬਾਕੀ ਇੱਕ ਦੋ ਗੱਲਾਂ ਹੋਰ ਕਰਨੀਆਂ ਸੀ ਦੇਖੋ ਬੱਚਿਓ 네ਗੇਟਿਵ ਸੋਚ ਨਾ ਕਦੀ ਵੀ ਲੈ ਕੇ ਆਇਆ ਕਰੋ ਆਰੇ ਮਨ ਵਿੱਚ ਜਿੰਦਗੀ ਦੀ ਵਿੱਚ ਔਖੇ ਸੌਖੇ ਟਾਈਮ ਆਉਂਦੇ ਰਹਿੰਦੇ ਹੁੰਦੇ ਨੇ 네ਗੇਟਿਵ ਸੋਚ ਕਦੇ ਨਾ ਲੈ ਕੇ ਆਓ ਹੁਣ ਵਿੱਚ ਤੁਹਾਨੂੰ ਦੱਸਦਾ ਜਿਹੜਾ ਐਫਸੀ ਦੀ ਭਰਤੀ ਆਈ ਸੀ ਨਾ ਮੈਂ ਬੱਚਿਆਂ ਨੂੰ ਕਹਿ ਕਹਿ ਥੱਕ ਗਿਆ ਮੈਂ ਕਿਹਾ ਭਾਈ ਭਰ ਦੋ ਐਫਸੀਆਂ ਦੀਆਂ ਭਰਤੀਆਂ ਭਰ ਦੋ ਭਰ ਦੋ ਭਰ ਦੋ ਪਰ ਕਿਸ ਨੇ ਨਹੀਂ ਭਰਿਆ ਕਿਉਂਕਿ ਜਿਹੜਾ ਆਪਣਾ ਹੁੰਦਾ ਨਾ ਓਵਰ ਕੌਨਫੀਡੈਂਸ ਓਵਰ ਕੌਨਫੀਡੈਂਸ ਹੁੰਦਾ ਇਹ ਸਭ ਤੋਂ ਮਾੜੀ ਚੀਜ਼ ਹੈ ਕੌਨਫੀਡੈਂਸ ਹੋਣਾ ਜਾਇਜ਼ ਆ ਪਰ ਓਵਰ ਕੌਨਫੀਡੈਂਸ ਹੋਣਾ ਬਹੁਤ ਗਲਤ ਕਰ ਲੈ ਬੱਚਿਆਂ ਨੂੰ ਮੈਂ ਕਿਹਾ ਮੈਂ ਕਿਹਾ ਐਫਸੀ ਦਾ ਫਾਰਮ ਭਰ ਦੋ ਪੁੱਤਰੋ ਮੈਂ ਕਿਹਾ ਬਹੁਤ ਵਧੀਆ ਨੌਕਰੀ ਆ 70 80 ਹਜ਼ਾਰ ਰੁਪਏ ਬਣ ਜਾਂਦੀਆਂ ਵਿੱਚ ਚੋਰੀ ਚੋਰੀ ਕਰਕੇ ਘੱਟੇ-ਕੁੱਟੇ ਸੋ ਦੱਸ ਤਾਂ ਕਿ ਮੈਂ ਖੜ ਜਾ ਗਰੂਲੇ ਜੀ ਗੱਦ ਦੇ ਤੁਸੀਂ ਇੱਕ ਗੱਟਾ ਮੇਰੇ ਢੂਹੀ ਚੇਲਿਆ ਕੇ ਤਰਤਾ ਮੈਂ ਚੱਕ ਕੇ ਲੈ ਜਾਕਰੂੰਗਾ ਠੀਕ ਆ ਬਾਅਦ ਆਪਾਂ ਦੁੱਧ ਕਰ ਲਿਆ ਕਰਾਂਗੇ ਬਹੁਤ ਬੱਚ ਖਾਸਮਣ ਇੱਕ ਗੱਲ ਨਹੀਂ ਸੁਣੀ ਮੇਰੀ ਕਿ ਨੇ ਨਹੀਂ ਜੀ ਸਾਡਾ ਪੰਜਾਬ ਪੁਲਿਸ ਦਾ ਕਲੀਅਰ ਹੋ ਜਾਊਗਾ ਨਹੀਂ ਪਤਾ ਲੱਗਦਾ ਹੁੰਦਾ ਪੁੱਤਰ ਉਹ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਹੁੰਦੇ ਜਿੰਦਗੀ ਦੇ ਵਿੱਚ ਹਮੇਸ਼ਾ ਦੇਖੋ ਜਿਹੜੋ ਵੀ ਕੋਈ ਫੌਜ ਜਾਂ ਅੱਗੇ ਕਿਦੋਂ ਵੀ ਕੋਈ ਰਾਜਾ ਮਹਾਰਾਜਾ ਜੰਗ ਲੜਦੇ ਹੁੰਦੇ ਸੀ ਨਾ ਜਾਂ ਇੱਕ ਪੇਪਰ ਇੱਕ ਜੰਗ ਹੀ ਹੁੰਦੀ ਆ ਇਹਨੂੰ ਉਦਾਂ ਸਮਝਿਆ ਕਰੋ ਇੱਕ ਪੇਪਰ ਆ ਪੇਪਰ ਇੱਕ ਜੰਗ ਹੈ ਜ਼ਿੰਦਗੀ ਦੀ ਆਪਣੀ ਜ਼ਿੰਦਗੀ ਦਾ ਸਭ ਤੋਂ ਇੰਪੋਰਟੈਂਟ ਹੈ ਸੱਜਣੇ ਆਪਣੀ ਜ਼ਿੰਦਗੀ ਬਦਲਣੀ ਹੈ ਤੇ ਅੱਗੇ ਜਿਹੜੋ ਮਹਾਰਾਜੇ ਇਹ ਨਾ ਰਾਜੇ ਜੋ ਲੜਾਈਆਂ ਲੜਦੇ ਹੁੰਦੇ ਸੀ ਉਹ ਦੋ ਪਲਾਨ ਬਣਾ ਕੇ ਰੱਖਦੇ ਹੁੰਦੇ ਸੀ ਇੱਕ ਪਲ ਤੇ ਇੱਕ پلان ਬੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹ ਤਾਂ ਅਸੀਂ ਜਿੱਤਾਂਗੇ ਜਿੱਤਾਂਗੇ ਹਰੇਕ ਰਾਜਾ ਕੋਈ ਵੀ ਜੰਗ ਲੜਦਾ ਹੁੰਦਾ ਸੀ ਉਹ ਪਹਿਲਾਂ ਇਹ ਸੋਚ ਕੇ ਚੱਲਦਾ ਸੀ ਕਿ ਅਸੀਂ ਜਿੱਤਾਂਗੇ ਪਰ ਬਾਈ ਚਾਂਸ ਜੇ ਕਿਤੇ ਸਾਡਾ ਏ ਪਲਾਨ ਫ੍ਰੀ ਹੋ ਗਿਆ ਜਾਂ ਫੇਲ ਹੋ ਗਿਆ ਤਾਂ ਫਿਰ ਉਹ ਬੀ ਪਲਾਨ ਯੂਜ਼ ਕਰ ਲੈਂਦੇ ਹੁੰਦੇ ਸੀ ਕਈ ਵਾਰੀ ਬੀ ਪਲਾਨ ਹੀ ਉਹਨਾਂ ਨੂੰ ਉਹਨਾਂ ਨੂੰ ਜੰਗ ਜਿਤਾ ਦਿੰਦਾ ਸੀ ਏ ਪਲਾਨ 'ਚੋਂ ਹਾਰ ਜਾਂਦੇ ਸੀ ਤੇ ਬੀ ਪਲਾਨ ਨਾਲ ਉਹ ਜੰਗ ਜਿੱਤੇ ਜਾਂਦੇ ਸੀ ਖਿਲਜੀ ਨਾਲ ਹੀ ਹੋਇਆ ਸੀ ਅਲਾਉਦੀਨ ਖਿਲਜੀ ਸੀ ਜਿਹੜਾ ਠੀਕ ਹੈ ਤਾ ਕਰਕੇ ਜਦੋਂ ਵੀ ਆਪਾਂ ਕੋਈ ਪੇਪਰ ਦੇਣਾ ਹੈ ਇੱਕ ਪੇਪਰ ਇੱਕ ਜੰਗ ਸਮਝ ਲਿਆ ਕਰੋ ਇਹਨੂੰ ਜੰਗ ਜ਼ਿੰਦਗੀ ਦੀ ਇੱਕ ਠੀਕ ਹੈ ਇਹ ਜਿਹੜਾ ਬੀ ਹੁੰਦਾ ਨਾ ਬੀ ਪੁਆਇੰਟ ਕਈ ਵਾਰੀ ਆਪਣੀ ਜ਼ਿੰਦਗੀ ਹੀ ਬਣਾ ਦੇਣਾ ਹੁੰਦਾ ਏ ਏ ਦੀ ਬਣਾ ਸਕਦਾ ਕਈ ਵਾਰੀ ਬੀ ਬਣਾ ਦਿੰਦਾ ਮੈਂ ਬੱਚਿਆਂ ਨੂੰ ਕਿਹਾ ਮੈਂ ਤੁਸੀਂ ਭਰ ਦੋ ਐਫਸੀ ਦਾ ਪੇਪਰ ਹੁਣ ਬਹੁਤ ਬੱਚੇ ਜਿਹੜੇ ਹੁਣ ਨੂੰ ਪਤਾ ਕਿ ਮੈਟ ਬਹੁਤ ਹਾਈ ਚਲੀ ਗਈ ਸਬ ਇੰਸਪੈਕਟਰ ਵਾਲੇ ਬੱਚੇ ਵੀ ਇਧਰ ਆ ਗਏ ਹੈਡ ਕਨਸਟੇਬਲ ਵਾਲੇ ਇੰਟੈਲੀਜੈਂਸ ਵਾਲੇ ਪਟਵਾਰੀ ਵਾਲੇ ਚਾੜ੍ਹਕਾ ਭਰਤਕ ਵਾਲੇ ਮਤਲਬ ਇਧਰ ਆ ਗਏ ਜਿੰਨੇ ਵੀ ਹੈਗੇ ਸੀ ਮੈਟ ਹਾਈ ਚਲੀ ਗਈ ਤੇ ਹੁਣ ਮੈਨੂੰ ਬੱਚੇ ਨੇ ਫੋਨ ਕੀਤਾ ਇੱਕ ਨੇ ਕਹਿੰਦਾ ਸਰ ਮੈਂ ਐਫਸੀ ਦਾ ਫਾਰਮ ਭਰਿਆ ਜਾਊਗਾ ਹੁਣ ਬੱਚੇ ਜਦੋਂ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਐਫਸੀ ਦਾ ਫਾਰਮ ਭਰ ਦੋ ਜੇ ਸਿਲੈਕਟ ਹੋ ਗਏ ਫਿਰ ਕਿੱਡੀ ਕੀ ਵੱਡੀ ਗੱਲ ਹੈ 250 ਰੁਪਏ ਫੀਸ ਹੀ ਹੈ ਠੀਕ ਹੈ ਉਂਗਣਾ ਪਰ ਖਾਂਦੇ ਨਹੀਂ 250 ਰੁਪਏ ਤਾਂ ਉਹੀ ਗੱਲ ਹੁਣ ਜਿਹੜੇ ਬੱਚੇ ਦਾ ਫਾਰਮ ਭਰਿਆ ਸੀ ਉਹ ਤਾਂ ਵਧੀਆ ਵਿਚਾਰੇ ਨੇ ਉਹਨੂੰ ਜਿਹੜੇ ਸਿਲੈਕਟ ਨਹੀਂ ਹੋਏ ਉਹਨਾਂ ਦਾ ਖੁਸ਼ੀ ਹੋਈ ਪਈ ਚਲੋ ਕੋਈ ਗੱਲ ਨਹੀਂ ਜੇ ਨਹੀਂ ਹੋਇਆ ਤਾਂ ਇੱਧਰ ਹੈਗਾ ਸਾਡੇ ਕੋਲ ਚਾਂਸ ਇੱਕ ਕਿਉਂਕਿ ਜੋਬ ਇਹ ਇਹ ਪੁਰਸੋਂ ਕਿਤੇ ਵਧੀਆ ਜੋਬ ਹੈਗੀ ਪੌਸਟਰੀ ਆਉਦੀ ਲੱਗ ਸਟੇਜੇ ਕੀ ਆ ਇਹਨਾਂ ਦੀ ਆਉਦੀ ਲੱਗ ਹੈਗੀ ਉਹਨਾਂ ਦੇ ਆਪਦੇ ਲੱਗ ਰੂਲ ਹੈ ਇਹਨਾਂ ਦੇ ਆਪਦੇ ਲੱਗ ਰੂਲ ਹੈ ਬਸ ਐਂ ਕਿ ਜੇ ਸੈਂਟਰ ਦਾ ਮਲਾਜਮ ਹੈ ਆਈ ਨਹੀਂ ਹੈਗਾ ਤੁਹਾਡੇ ਕੋਈ ਐਮ ਐਮ ਲੈ ਰੂ ਮਾਰ ਜੂਗਾ ਜੇ ਤੁਹਾਨੂੰ ਕੋਈ ਸਸਪੈਂਡ ਕਰ ਦੋ ਸਾਡੇ ਆਵਾ ਬੰਦਾ ਕਿ ਇੱਥੇ ਸੈਂਟਰ ਦੇ ਮਲਾਜਮ ਮਰ ਜੂਗੇ ਸੀ ਸੈਂਟਰ ਤੇ ਤਾਂ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਹਮੇਸ਼ਾ ਹੀ ਦੋ ਦੋ ਰਸਤੇ ਚੁਣ ਕੇ ਰਸਤੇ ਮੰਨ ਕੇ ਚੱਲਿਆ ਕਰੋ ਹੁਣ ਮੰਨ ਲਓ ਕਹਾਂ ਲੂ ਕਿ ਹੋਰ ਪੋਸਟ ਆਉਂਦੀ ਤੁਸੀਂ ਇਹ ਤਾਂ ਸਮਝੋ ਕਿ ਯਾਰ ਮੇਰਾ ਤਾਂ ਭਈ ਐਫ ਸੀ ਦਾ ਭਰਾਵਾ ਮੇਰਾ ਹੋਰ ਭਰਦਾ ਨਹੀਂ ਭਰਦਿਆ ਕਰੋ ਕੀ ਮੇਰੇ ਮਤ ਇਧਰੋਂ ਫੇਲ ਹੋ ਜਾਏ ਤਾਂ ਉਧਰ ਭੱਜ ਜਾਊਗਾ ਕਿਤੇ ਨਾ ਕਿਤੇ ਜਾ ਕੇ ਤਾਂ ਪੜਕਾਂਗੇ ਨਾ ਕਿਤੇ ਦਾ ਰੱਬ ਆਪਣੀ ਮਾਂ ਫੜੂਗਾ ਹੀ ਠੀਕ ਹੈ ਤਾਂ ਕਰਕੇ ਹਮੇਸ਼ਾ ਦੋ ਰਾਸਤੇ ਸੋਚ ਕੇ ਚੱਲਿਆ ਕਰੋ ਇਨ ਅ ਓਵਰ ਕੰਫੀਡੈਂਸ ਕਦੇ ਨਾ ਹੋਇਆ ਕਰੋ ਠੀਕ ਹੈ ਜਿੰਨਾ ਚਿਰ ਆਪ ਨੂੰ ਜੋਬ ਨਹੀਂ ਮਿਲਦੀ ਉਹਨਾਂ ਚਿਰ ਸਿਰਫ ਆਪਾਂ ਸਟਰਗਲ ਕਰ ਸਕਦੇ ਹਾਂ ਠੀਕ ਹੈ ਬਾਕੀ ਕੋਈ ਗੱਲ ਨਹੀਂ ਨਵੇਂ ਨਵੇਂ ਭਾਤਿਆਂ ਕਢਾਵਾਂਗੇ ਕਿ ਮੈਂ ਛੋਟੇ ਨਾਲ ਇੱਕ ਵਾਰੀ ਸਰਕਾਰ ਦਾ ਪਲਟਾ ਵਜਨ ਤੋਂ ਦੇਖਣਾ ਕਿਹੜੀ ਸਰਕਾਰ ਆਉਂਦੀ ਹੈ ਤੇ ਫਿਰ ਕਰਦੇ ਆਪਾਂ ਕੋਈ ਵੀ ਹਾਲੇ ਦਾ ਵੀ ਠੀਕ ਹੈ ਤੇ ਪਿੱਛੋਂ ਐਸਸੀ ਦਾ ਪੂਰਾ ਫੁੱਲ ਵਧੀਆ ਪੇਪਰ ਦੇਣਾ ਤੇ ਫਿਰ ਆਪਾਂ ਘੁੰਮਣ ਫਿਰਨੇ ਵੀ ਜਾਣਾ ਸਾਰੇ ਨੇ ਇਕੱਠਿਆਂ ਨੇ ਠੀਕ ਹੈ ਤਾਂ ਕਰਕੇ ਵਧੀਆ ਤਿਆਰੀ ਕਰਨੀ ਹੈ ਪੇਪਰ ਦੀ ਜੋਰ ਲਾ ਕੇ ਓਕੇ ਮੈਥ ਨੂੰ ਤੁਸੀਂ ਟੈਨਸ਼ਨ ਨਾ ਲਿਓ ਆਪਾਂ ਹੈਗੇ ਆ ਤੇ ਪੇਪਰ 10 ਮਾਰਚ ਤੋਂ ਬਾਅਦ ਹੋਣ ਦੀ ਸਭਾਵਨਾ ਫੁੱਲੀ ਹੈਗੀ ਠੀਕ ਹੈ ਤੇ ਧੰਨਵਾਦ ਮੇਰੇ ਦੋਸਤੋ ਜੇ ਕਿਸੇ ਬੱਚੇ ਨੂੰ ਆ ਪੀਡੀਐਫ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੂੰਗਾ ਪੀਡੀਐਫ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਕਦੇ ਵੀ 네ਗੇਟਿਵ ਨਾ ਹੋਵੋ ਮੇਸ਼ਾ ਪੋਸਟਿਵ ਸੋਚੋ ਠੀਕ ਹੈ ਪੋਜ਼ਿ ਸਟੱਡੀ ਨੇ ਆਪਣੇ ਐਂਡ ਤੱਕ ਜਾਣਾਗਾ ਠੀਕ ਹੈ ਵਧੀਆ ਨੋਟਸ ਹੈ ਵੀਡੀਓ ਨਹੀਂ ਪੜੀ ਐ ਨੀ ਨੋਟਸਾਂ ਨੂੰ ਪੜ ਲਓ ਨੋਟਸਾਂ ਤੋਂ ਨਹੀਂ ਸਮਝ ਆਉਂਦੀ ਵੀਡੀਓ ਪੜ ਲਓ ਠੀਕ ਹੈ ਦੋਨੇ ਚੀਜ਼ਾਂ ਦੋ ਬੜ ਲਓ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਤੇ ਚਲੋ ਜੀ ਤੇ ਜਉਦੇ ਬਾਅਦ ਦੇ ਦੋ ਤੇ ਜੇ ਟੈਲੀਗ੍ਰਾਮ ਤੇ ਮੈਨੂੰ ਫੋਲੋ ਉਹ ਤੋਂ ਸੱਚ ਫੋਲੋ ਕਰ ਲਿਓ ਭੁੱਲਰ 3512 ਆਪਣੀ ਆਈਡੀ ਹੈ ਬਲੌਗ ਵਾਲਾ ਚੈਨਲ ਵੀ ਆਪਾਂ ਜਲਦ ਬਣਾ ਰਹੇ ਹਾਂ ਯਾਰ ਵਾਲੇ ਬੱਚੇ ਮੈਸੇਜ ਕਰਦੇ ਸਰ ਜੀ ਬਲੌਗ ਵਾਲਾ ਬਾਈ ਜੀ ਬਲੌਗ ਵਾਲਾ ਚੈਨਲ ਬਣਾਓ ਤੋ ਬਣਾਵਾਂਗੇ ਯਾਰ ਪੁੱਤਰੋ ਟਾਈਮ ਨੂੰ ਥੋੜੀ ਸ਼ੋਰਟੇਜ ਹੈ ਜੇ ਟਾਈਮ ਹੋਵੇ ਤਾਂ ਤੁਹਾਡੇ ਵਾਸਤੇ ਵੀ ਵੀਡੀਓ ਨਾ ਵੱਧ ਬਣਾ ਰਿਹਾ ਕਨੈਕਟ ਕਰਦੀ ਠੀਕ ਹੈ ਤੇ ਜਰੂਰ ਕੋਸ਼ਿਸ਼ ਕਰੂੰਗਾ ਬਣਾਉਣ ਦੀ ਤੇ ਰੁਕ ਥੋੜਾ ਜਿਹਾ ਰਿਵੀਅੂਟ ਕਰ ਲਉ ਤੇ ਹੋਰ ਕੋਈ ਗੱਲ ਬਾਤ ਬਸ ਇਹੀ ਗੱਲਾਂ ਬਾਤ ਕਰਦਿਆਂ ਸੀ ਤੇ ਖੁਸ਼ ਰਹੋ ਜਿਉਂਦੇ ਵਾਦੇ ਰਹੋ ਤੇ ਜੇ ਕਿਸੇ ਚੀਜ਼ ਦੀ ਕੋਈ ਸਮਝ ਨਹੀਂ ਆਉਂਦਾ ਕਮੈਂਟ ਦੇ ਵਿੱਚ ਪੁੱਛ ਲਿਓ ਠੀਕ ਹੈ ਜੀ ਤੇ ਨੋਟਸ ਤੁਹਾਡੇ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੋਏ ਨੋਟਸ ਹੈਗੇ ਠੀਕ ਹੈ ਧੰਨਵਾਦ